ਨਵੇਂ ਨਵੇਂ ਆਰਟੀਕਲ ਆ ਲੈ ਕੇ ਆਂਦਾ ਰਹਿਗਾ ਸਸਤਾ ਸਸਤਾ ਰੇਟ ਸਿਰਫ 700 ਰੁਪਏ ਦਾ 1200 ਦਾ ਕੋਈ ਵੇਚਦਾ 1000 ਦਾ ਅਸਲਮ ਭਾਈ ਕੋ ਮਿਲੇਗਾ ਸਿਰਫ 900 ਰੁਪਏ ਦਾ ਕੋਈ ਕਹਿੰਦਾ 1850 ਰੁਪਏ ਦਾ ਕੋਈ ਕਹਿੰਦਾ 1700 ਰੁਪਏ ਦਾ ਇਹ ਅਸਲਮ ਭਾਈ ਕੋ ਮਿਲੇਗਾ 1450 ਰੁਪਏ ਦਾ 10 ਰੰਗ 10 ਡਿਜ਼ਾਈਨ ਮੌਜੂਦ ਹੈ ਰੰਗ ਲੈ ਜਾ ਵੇ ਸ਼ਲਿੰਗ ਕੀਤਾ ਹੋਇਆ ਸੂਟ ਵਾਪਸ ਜਿਹੜਾ ਮੇਰੀ ਭੈਣ ਮੇਰੇ ਭਰਾ ਮੇਰੇ ਕੋ ਕਾਰੋਬਾਰ ਵਾਸਤੇ ਸਮਾਲ ਲੈ ਕੇ ਜਾਂਦੇ ਨੇ ਉਹਨਾਂ ਦਾ ਜਿਹੜਾ ਨਹੀਂ ਸੇਲ ਹੋਏਗਾ ਉਹ ਮੇਰਾ जरा उन्होंने सेल है दुबई नो ज्यादा पैसे कमाओगे बिस्मिल्लाहमान इराहीम असलामेकुम नाजिन राफे महमूद आपका होस्ट काफ़ी शुरू शुरू की वीडियो में मैंने जो है वो होस्टिंग की थी उसके बाद मसरूफियत इस तरह की होगी बैग पे आ गया तो इन शाला आप ये सिलसिला शुरू करने जा रहा हूँ मैं और काफ़ी दोस्तों के इसरार पे कि आप पंजाबी बड़ी अच्छी बोल लेते हो तो पंजाबी में इंटरव्यू करना है और पहली ही आज मैं जो आज वीडियो बना रहा हूँ और असलम भाई के साथ असलम भाई का आप जानते हैं कि वो पंजाबी में बड़ी अच्छी बात करते हैं उर्दू में बड़ी अच्छी बात कर लेते हैं और अगर आप कहेंगे तो वो इंग्लिश में भी बड़ी अच्छी बात कर लेंगे तो आज माशाला इधर गोदाम पर उनके आए हैं तो रौनक लगी हुई है काफ़ी देर बाद हमें दो घंटे बाद टाइम मिला है कि कस्टमर बैठे हुए थे कस्टमर को फ्री करके उन्होंने हमने कहा चले कोई बात नहीं ये पहले ज़रूरी है अगर कस्टमर भी हमारा वीवर है वी मैक्स का तो अगर कस्टमर हमारा राज़ी होता है तो हम भी राज़ी हैं तो हमने उनको फिर टाइम दिया कि आप माल खरीद लें उसके बाद हम वीडियो की तरफ आते हैं तो बगैर किसी तख़ीर के प्रोग्राम को आगे आगाज़ करते हैं आज माशाला बहुत अच्छी वैराइटी इनके पास आई हुई है और मैंने इनकी बाकी वीडियो देखी हुई हैं दूसरे चैनल पर भी देखी हुई हैं हमारे चैनल पर भी वी मैक्स टी वी भी आ रही हैं इनकी वीडियोज़ तो बड़ा अच्छा रिस्पॉन्स है इनका और लोग बड़ा इनसे प्यार करते हैं और इनसे मिलना चाहते हैं तो मैं कहूँगा कि हमारी वीडियो देखने के बाद अगर को आना चाहे तो यहाँ पे गोदाम पे आके इनके साथ सेल्फी भी बना सकता है टिकटॉक भी बना सकता है असलम भाई के साथ एक पर्सनैलिटी बन चुके हुए हैं और एक हीरो बन चुके हुए मैं तो कहूँगा कि बिज़नेस इंडस्ट्री के अंदर तो इन हम इन आगे बातें भी करेंगे तो अभी स्टार्ट करते हैं कि आपकी भी ख्वाहिश के मुताबिक आर्टिकल दिखाएँगे हम कुछ और असलम भाई से ही बात करेंगे असलम असलम भाई वालेकाम वरहुल्ल वकू क्या हाल है भाई जान आपका कैसी तबियत है शुक्र अल्लाह का जनाब आप सुनाएँ ਅਲਹਮਦੁਲਿਲਾ ਬੜੇ ਆਪਨੇ ਮਾਸ਼ਾਅੱਲਾ ਜਨਾਬ ਮੈਦਾਨ ਮੇ ਝੰਡੇ ਗਾੜ ਦੀਆਂ ਮੈਂ ਮੈਂ ਕੁਛ ਵੀ ਨਹੀਂ ਹੂੰ ਯਕੀਨ ਕਰੋ ਮੈਂ ਤੇ ਇਸ ਲੈਗ ਵੀ ਨਹੀਂ ਥਾ ਜਿਸ ਲੈਗ ਮੇਰੀ ਬੈਨੋ ਕੀ ਔਰ ਮੇਰੇ ਭਾਈਓ ਕੀ ਦੁਆਵਾਂ ਕੇ ਸਾਥ ਇਹ ਅਸਲਮ ਭਾਈ ਇਧਰ ਤੱਕ ਪਹੁੰਚਿਆ ਹੈ ਇਨਸ਼ਾਅੱਲਾ ਮੈਂ ਉਸ ਬਾਜੀਆਂ ਦਾ ਉਸ ਭਰਾਵਾਂ ਦਾ ਮੈਂ ਸ਼ੁਕਰੀਆ ਅਦਾ ਕਰਨਾ ਦੋਵਾਂ ਹੱਥਾਂ ਦੇ ਨਾਲ ਮੈਂ ਉਹਨਾਂ ਨੂੰ ਸਲਾਮ ਪੇਸ਼ ਕਰਨਾ ਤੇ ਮੈਨੂੰ ਇਹਨਾਂ ਨੇ ਬਹੁਤ ਹੀ ਖੁਸ਼ੀ ਮੈਨੂੰ ਹੋਈ ਏ ਔਰ ਮੇਰੇ ਨਾਲ ਇਹਨਾਂ ਨੇ ਯਕੀਨ ਕਰੋ ਮੈਂ ਜਿੰਨ ਜਿੰਨ ਵੀ ਕਿਹਾ ਵੇ ਮੇਰੇ ਪਿਆਰੇ ਭਾਈਓ ਮੇਰੀਓ ਬੈਨੋ ਮੇਰੀ ਮੂਵੀ ਨੂੰ ਲਾਈਕ ਵੀ ਕਰਨਾ ਇਹਨੂੰ ਸ਼ੇਅਰ ਵੀ ਕਰਨਾ ਔਰ ਮੇਰੇ ਭਾਈ ਦੇ ਚੈਨਲ ਨੂੰ ਵੀ ਬਹੁਤ ਸ਼ੇਅਰ ਕਰਨਾ ਔਰ ਇਹਨੂੰ ਲਾਈਕ ਵੀ ਕਰਨਾ ਇਨਸ਼ਾਅੱਲਾ ਮੈਂ ਆਪਣੇ ਭਾਈ ਨੂੰ ਕਿਹਾ ਵੇ ਇਹ ਉਸ ਬੰਦੇ ਦੀ ਮੂਵੀ ਨਹੀਂ ਬਣਾਏਗਾ ਜਿਹੜਾ ਧੋਖਾ ਫਰੇਡ ਕਰਦੇ ਨੇ ਫਰਾਡ ਕਰਦੇ ਨੇ ਅੱਲਾ ਦੇ ਹੁਕਮ ਨਾਲ ਐਸਾ ਹੀ ਕਰੋਗੇ ਭਾਈ ਜਾਨ ਅਸਲਮ ਭਾਈ ਬਿਲਕੁਲ ਅਸੀਂ ਜਿਹੜਾ ਨਾ ਅੱਜ ਤੋਂ ਜਿਹੜਾ ਕਿ ਐਸਾ ਬੰਦਾ ਜਿਹੜਾ ਕਿ ਜਿਹੜਾ ਕਸਟਮਰ ਦੇ ਨਾਲ ਗਲਤ ਕਰਦਾ ਹੈ ਜਿਹੜਾ ਚੀਜ਼ ਕਹਿੰਦਾ ਕਿ ਉਹ ਦੇ ਉਹ ਨਹੀਂ ਭੇਜਦਾ ਉਹਨਾਂ ਨੂੰ ਪੈਸੇ ਮੰਗਵਾ ਲੈਂਦਾ ਤੇ ਬਾਅਦ ਮਾਲ ਲੇਟ ਕਰਕੇ ਭੇਜਦਾ ਜੋ ਚੀਜ਼ ਹੁੰਦੀ ਉਹ ਹੁੰਦੀ ਨਹੀਂ ਉੱਥੇ ਪਹੁੰਚਦੀ ਤੇ ਇਹ ਸਾਡੇ ਜਿਹੜੇ ਆਨਲਾਈਨ ਜਿਹੜੇ ਕੰਮ ਕਰ ਰਹੇ ਨੇ ਲੋਕ ਉਹਨਾਂ ਵਾਸਤੇ ਜਿਹੜਾ ਨਾ ਇਹ ਇੱਕ ਨਸੀਹਤ ਵੀ ਹੈ ਕਿ ਇੱਕ مشورہ ਵੀ ਕਹਿ ਲਓ ਉਹਨੂੰ ਉਹ ਸਪੈਸ਼ਲ ਇਨਸ਼ਾਅੱਲਾ ਮੈਂ ਆਪਣੇ ਭੈਣਾਂ ਨੂੰ ਆਪਣੇ ਭਰਾਵਾਂ ਨੂੰ ਇੱਕ ਅੱਜ ਨਵੀਂ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦਿਖਾਵਾਂਗਾ ਮੇਰੀ ਵੀਡੀਓ ਦੇ ਵਿੱਚ ਮੈਂ ਜਿੰਨੀਆਂ ਵੀ ਗੱਲਾਂ ਕਰਾਂਗਾ ਉਹਨੂੰ ਗੌਰ ਨਾਲ ਸੁਣਨਾ ਉਸ ਗੱਲ ਦਾ ਵਜ਼ਨ ਵੀ ਹੋਏਗਾ ਉਹਨੂੰ ਤੁਸੀਂ ਦੇਖਣਾ ਚੈੱਕ ਕਰਨਾ ਔਰ ਕਾਰੋਬਾਰੀ ਗੱਲ ਹੋਏਗੀ ਮੇਰੇ ਭੈਣ ਭਰਾ ਬੜੇ ਬੇਰੋਜ਼ਗਾਰ ਜਿਹੜੇ ਘਰ ਬੈਠੇ ਹੋਏ ਨੇ ਕਿਸੇ ਦੇ ਕਿਸੇ ਦੇ ਸਾਹਮਣੇ ਆਪਣੇ ਢੇਡਾਂ ਲਈ ਗੱਲ ਨਹੀਂ ਕਰਦੇ ਸ਼ਰਮ ਦੀ ਮਾਰੀ ਲੇਕਿਨ ਅਸਲਮ ਭਾਈ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੈ ਇਨਸ਼ਾਅੱਲਾ ਤੁਸੀਂ ਇੱਥੇ ਤਸ਼ਰੀਫ ਲੈ ਕੇ ਆਓਗੇ ਜਿਹਨੂੰ ਨਹੀਂ ਵੀ ਹੁਨਰ ਆਂਦਾ ਉਹਨੂੰ ਮੈਂ ਹੁਨਰ ਵੀ ਦਿਆਂਗਾ ਜਿਹੜੇ ਮੇਰੇ ਭੈਣ ਭਰਾ ਜਿਹੜੇ ਮੇਰੇ ਭਰਾ ਪਰਦੇਸੋਂ ਬਾਹਰ ਗਏ ਨੇ ਪਰੇਸ਼ਾਨ ਨਾ ਹੋਣਾ ਤੁਹਾਡਾ ਅਸਲਮ ਭਾਈ ਪਾਕਿਸਤਾਨ ਜਿੰਦਾਬਾਦ ਆਪਣੀ ਧਰਤੀ ਏ ਇੱਥੇ ਆਪਣੇ ਬੱਚਿਆਂ ਦੇ ਵਿੱਚ ਰਹਿ ਕੇ ਤੁਸੀਂ ਆਪਣੀ ਇਹਦੇ ਤੋਂ ਅੱਛੀ ਰੋਟੀ ਕਮਾ ਸਕਦੇ ਇੱਥੇ ਅਸਲਮ ਭਾਈ ਕੋਲ ਆਓ ਤੁਹਾਨੂੰ ਮੈਂ ਹੁਨਰ ਦਿਆਂਗਾ ਪੈਸਿਆਂ ਦੇ ਨਾਲ ਤੁਸੀਂ ਕਾਰੋਬਾਰ ਕਰਨਾ ਜਿਹੜੇ ਜਿਹੜੇ ਸ਼ਹਿਰ ਚ ਕੋ ਬੈਠੇ ਹੋਏ ਨੇ ਤੇ ਮੈਂ ਉਸ ਭਰਾਵਾਂ ਦਾ ਸ਼ੁਕਰੀਆ ਅਦਾ ਕਰਨਾ ਤੁਹਾਡਾ ਬੜਾ ਹੌਸਲਾ ਹੈ ਆਪਣੇ ਬੱਚਿਆਂ ਤੋਂ ਦੋ ਦੂਰ ਭੈਣਾਂ ਤੋਂ ਦੂਰ ਬਾਪ ਤੋਂ ਦੂਰ ਮਾਂ ਤੋਂ ਦੂਰ ਮੈਂ ਕਹਿੰਦਾ ਤੁਹਾਨੂੰ ਮੈਂ ਲਾਈਕ ਕਰਨਾ ਦੋਵਾਂ ਥਾਣਾ ਮੈਂ ਤੁਹਾਨੂੰ ਸਲਾਮ ਕਰਨਾ ਬਹੁਤ ਮਿਹਨਤ ਹੈ ਤੁਹਾਡੀ ਤੇ ਅਸਲਮ ਭਾਈ ਉਹ ਇੱਥੇ ਆ ਜਾਂਦੇ ਇੱਥੇ ਨਹੀਂ ਦੁਬਈ ਬਣ ਸਕਦੀ ਉਹਨਾਂ ਦੀ ਅੱਲਾ ਦੇ ਹੁਕਮ ਦਾ ਦੁਬਈ ਨਾਲੋਂ ਜ਼ਿਆਦਾ ਪੈਸੇ ਕਮਾਓਗੇ ਇਨਸ਼ਾਅੱਲਾ ਇਹ ਕੱਪੜੇ ਦਾ ਕਾਰੋਬਾਰ ਹੈ ਇਹਦੇ ਜੇ ਅੱਲਾ ਤਾਲਾ ਨੇ ਬਹੁਤ ਬਰਕਤ ਪਾਈ ਹੈ ਆਪਣੇ ਨਬੀਆਂ ਨੇ ਕੰਮ ਕੀਤਾ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਾਲੀ ਵਸੱਲਮ ਨੇ ਇਹ ਕੱਪੜੇ ਦਾ ਕਾਰੋਬਾਰ ਕੀਤਾ ਔਰ ਦਿਲ ਸਾਫ਼ ਕਰਕੇ ਝੂਠ ਨਹੀਂ ਬੋਲਣਾ ਮੈਂ ਹਰ ਵੀਡੀਓ 'ਚ ਕਹਿੰਨਾ ਪਹਿਲੀ ਗੱਲ ਝੂਠ ਨਹੀਂ ਬੋਲਣਾ ਦੂਸਰੀ ਗੱਲ ਕਿਸੇ ਦਾ ਦਿਲ ਨਹੀਂ ਦਿਖਾਣਾ ਤੀਸਰੀ ਗੱਲ ਕਿਸੇ ਨਾਲ ਧੋਖਾ ਨਹੀਂ ਕਰਨਾ ਜਿਹੜਾ ਕਰੇਗਾ ਧੋਖਾ ਹੋਵੇਗਾ ਔਖਾ ਕਰ ਮਜ਼ਦੂਰੀ ਖਾ ਚੂਰੀ ਮੈਂ ਹਰ ਵੀਡੀਓ ਚ ਕਹਿਣਾ ਗਲਾਸ ਦੋਰ ਪਿਆ ਤੇ ਭਾਈ ਰੋ ਪਿਆ ਇਹ ਭਾਈ ਕਿਹ ਕੀ ਆਇਓ ਭਾਈ ਇਹ ਭਾਈ ਕਿਹੜਾ ਰੋ ਪਿਆ ਜਨਾਬ ਇਹ ਜਿਹੜਾ ਆਪਣੇ ਆਪ ਨੂੰ ਕੋਈ ਮਹਿਸੂਸ ਕਰੇ ਬਸ ਚਲੋ ਠੀਕ ਹੋ ਗਿਆ ਯਾਨੀ ਕਿ ਜਿਹੜਾ ਮਹਿਸੂਸ ਕਰ ਲੈ ਹੁਣ ਵੀਡੀਓ ਤੇ ਮੈਂ ਕਹਿੰਦਾ ਟਾਈਮ ਬਹੁਤ ਕਮ ਹੈ ਮੈਂ ਤੁਹਾਨੂੰ ਆਰਟੀਕਲ ਦਿਖਾਣਾ ਵਾ ਆ ਗਈ ਠੰਡ ਤੇ ਖਾ ਖਾ ਮੰਗਫਲੀ ਦੇ ਪਾ ਦਿਓ ਗੰਦ ਤੇ ਮੇਰੀ ਪੂਰੀ ਮੂਵੀ ਦੇਖਣਾ ਮੈਨੂੰ ਛੱਡ ਕੇ ਨਾ ਜਾਣਾ ਭਾਵੇਂ ਲੁੱਟ ਕੇ ਖਾ ਜਾਣਾ ਲੇਕਿਨ ਮੈਨੂੰ ਵੀ ਮੇਰੀ ਮੂਵੀ ਨੂੰ ਵੀ ਲਾਈਕ ਕਰਨਾ ਇਹਨੂੰ ਸ਼ੇਅਰ ਕਰਨਾ ਔਰ ਚੰਗੀਆਂ ਚੰਗੀਆਂ ਗੱਲਾਂ ਲਿਖ ਕੇ ਇਹਨੂੰ ਕਮੈਂਟ ਵੀ ਕਰਨਾ ਮੇਰੇ ਹੋਰ ਵੀ ਭੈਣ ਭਰਾ ਬੇਰੋਜ਼ਗਾਰ ਨੇ ਉਹਨਾਂ ਦੇ ਵੀ ਕੰਨਾਂ ਤੱਕਰ ਅਸਲਮ ਭਾਈ ਦੀ ਆਵਾਜ਼ ਪਹੁੰਚ ਜੇਗੀ ਉਹਨਾਂ ਦਾ ਵੀ ਭਲਾ ਹੋ ਜਾਵੇਗਾ ਧੋਖੇ ਤੋਂ ਫਰੇਡ ਤੋਂ ਬਚ ਜਾਣਗੇ ਔਰ ਮੇਰੇ ਭਾਈ ਦੇ ਚੈਨਲ ਨੂੰ ਵੀ ਵੀਮੈਕਸ ਟੀਵੀ ਨੂੰ ਵੀ ਜ਼ਰੂਰ ਇਹਨੂੰ ਲਾਈਕ ਕਰਨਾ ਤੇ ਮੇਰੀ ਨਵੀਂ ਵੀਡੀਓ ਵੀ ਆਏਗੀ ਤੇ ਆਟੋਮੈਟਿਕ ਤੁਹਾਨੂੰ ਪਹੁੰਚਦੀ ਜਾਏਗੀ ਤੇ ਮੈਂ ਕਹਿੰਦਾ ਵਾ ਹੁਣ ਬੜੀਆਂ ਗੱਲਾਂ ਹੋ ਗਈਆਂ ਨੇ ਅੱਗੋਂ ਵੀ ਗੱਲਾਂ ਇਨਸ਼ਾ ਅੱਲਾਹ ਹੁੰਦੀਆਂ ਰਹਿਣਗੀਆਂ ਤੇ ਮੈਂ ਸਭ ਤੋਂ ਪਹਿਲੇ ਤੁਹਾਨੂੰ ਆਰਟੀਕਲ ਦਿਖਾਣਾ ਵਾ ਸਰਦੀ ਦਾ ਮਾਸ਼ਾ ਅੱਲਾਹ ਇਹ ਜੀ ਜੀ ਮਰੀਨੇ ਦਾ ਜੋੜਾ ਸਰਦੀਆਂ ਦੇ ਬਹਾਨੇ ਨੇ ਹੁਣ ਗਰਮੀਆਂ ਦੇ ਥੋੜੇ ਬਹਾ ਸਕਦੇ ਤੁਸੀਂ ਹਾਂ ਜੀ ਇਹ ਮੇਰੇ ਪਾਸ ਮੇਰੇ ਕੋਲ ਰਾਫੇ ਭਾਈ ਪੂਰੀ ਸਰਦੀਆਂ ਦੀ ਵੈਰਾਈਟੀ ਹੈ ਔਰ ਅੱਲਾਹ ਦੇ ਕਮਲਾ ਵਿੱਚ ਜਿੰਨੀਆਂ ਗੱਲਾਂ ਕਹੀਆਂ ਨੇ ਅੱਲਾਹ ਦੇ ਕਹਿੰਦਾ ਸੱਚ ਕਵਾਂਗਾ ਝੂਠ ਨਹੀਂ ਕਰਨਾ ਡਿਜ਼ਾਈਨ ਨਵੇਂ ਸਾਰੇ ਆਏ ਨੇ ਕਿ ਪੁਰਾਣੇ ਚੁੱਕ ਲੈ ਸਾਰੇ ਨਵੇਂ ਡਿਜ਼ਾਈਨ ਮੇਰੇ ਕੋਲ ਹੋਣਗੇ ਅੱਲਾਹ ਦੇ ਕਹਿੰਦਾ ਮੇਰੇ ਕੋਲ ਇੰਜ ਮਾਲ ਆਂਦਾ ਲੋਕੀ ਕੰਧਾਂ ਨਾਲ ਜੋੜ ਕੇ ਦੱਸਦੇ ਨੇ ਮਾਲ ਮੈਂ ਕਹਿੰਦਾ ਵਾ ਨਹੀਂ ਇਹਨੂੰ ਵੇਚ ਕੇ ਪਛਤਾਓ ਆਂਡੇ ਖਾਓ ਮੁਰਗੀ ਨਾ ਖਾਓ ਮੁਰਗੀ ਇੱਥੇ ਭਾਜ ਜਾਂਦੀ ਜੇ ਕਿਸੇ ਦਿਨ ਆਂਡੇ ਖਾਦੀ ਜੋ ਜਿੰਨੀ ਦੇ ਤੱਕ ਤੁਹਾਡੀ ਜ਼ਿੰਦਗੀ ਹੈ ਇਨਸ਼ਾਅੱਲਾ ਖਾਦੀ ਜਾਓਗੇ ਲੇਕਿਨ ਆਪਣੇ ਢੇਡ ਦੇ ਉੱਤੇ ਨਾ ਹੱਥ ਫੇਰੋ ਠੀਕ ਹੈ ਆਪਣੇ ਨਾਲ ਇੱਕ ਕੁਚੇਨ ਬਣਾਓ ਸਭ ਨੂੰ ਖਵਾਓ ਸਭ ਨੂੰ ਢੇਡ ਲੱਗਾ ਸਭ ਦੇ ਬੱਚੇ ਨੇ ਯਾਰ ਇਹ ਜੀ ਨਹੀਂ ਹਰ ਬੰਦਾ ਮੂਵੀ ਬਣਾਉਂਦਾ ਬੜੀ ਅੱਛੀ ਬੜੀ ਅੱਛੀ ਹਰ ਬੰਦਾ ਮੂਵੀ ਬਣਾਉਂਦਾ ਹੈ ਲੇਕਿਨ ਆਪਣਾ ਭੇਤ ਕੋਈ ਨਹੀਂ ਦਿੰਦਾ ਇਨਸ਼ਾਅੱਲਾ ਜਿਹੜਾ ਮੇਰਾ ਭੈਣ ਭਰਾ ਕੋਈ ਸ਼ਵਾਰਸ ਨਾਲ ਆ ਰਿਹਾ ਕੋਈ ਉਂਝ ਵੀ ਆ ਰਿਹਾ ਅੱਲਾ ਦੇ ਕਮਲ ਉਹਦੀ ਵੀ ਉਂਝ ਉਨੀ ਇੱਜ਼ਤ ਹੈ ਦੂਸਰੇ ਦੀ ਵੀ ਉਨੀ ਇੱਜ਼ਤ ਹੈ ਬਾਬੇ ਬੁੱਲੇ ਸ਼ਾਹ ਦੇ ਸ਼ਹਿਰ ਦਾ ਵਾ ਕਸੂਰ ਦਾ ਤਾਂ ਬੁੱਲਾ ਦੱਸ ਗਿਆ ਵੇ ਅੱਜ ਤੁਸੀਂ ਕਿਸੇ ਦੀ ਇੱਜ਼ਤ ਕਰੋਗੇ ਕੱਲ ਨੂੰ ਤੁਹਾਡੀ ਕੋਈ ਇੱਜ਼ਤ ਕਰੇਗਾ ਤਾਂ ਮੈਂ ਆਪਣੇ ਭੈਣਾ ਭਰਾਵਾਂ ਨੂੰ ਸਲਾਮ ਪੇਸ਼ ਕਰਨਾ ਇਸ ਕੰਮ ਨੂੰ ਮੈਂ ਹੁਣ ਅੱਗੇ ਲੈ ਕੇ ਜਾਣਾ ਵਾ ਇਹ ਹੁਣ ਮੈਂ ਤੁਹਾਨੂੰ ਐਟੀਕਲ ਇਹ ਡਿਜ਼ਾਈਨ ਦਿਖਾਣਾ ਟੂ ਪੀ ਸੂਟ ਡਿਜੀਟਲ ਪ੍ਰਿੰਟ ਇਹ ਤੁਸੀਂ ਜਰਾ ਬਿਸਮਿਲ্লাহ ਰਹਿਮਾਨ ਰਹੀਮ ਬਿਸਮਿਲ্লাহ ਰਹਿਮਾਨ ਇਹ ਤੁਸੀਂ ਜਰਾ ਖੋਲੋ ਮੈਂ ਦੱਸ ਦੇਵਾਂ ਕਿ ਨਾਜ਼ਰੀਨ ਜਿਹੜਾ ਨਾ ਇਹ ਦੁਕਾਨ ਇਹਨਾਂ ਦੀ ਕਸੂਰ ਦੇ ਵਿੱਚ ਨਹੀਂ ਹੈ ਗੋਦਾਮ ਇਹਨਾਂ ਦਾ ਲਾਹੌਰ ਦੇ ਵਿੱਚ ਹੀ ਹੈ ਤੇ ਉਹ ਤੁਸੀਂ ਐਡਰੈਸ ਵੀ ਦੱਸਣਾ ਹਾਂ ਜੀ ਲਾਹੌਰ ਚੁੰਗੀ ਐਮ ਐਸ ਸਿੱਧੂ ਫਿਰੋਜ਼ਪੁਰ ਰੋਡ 21 ਨੰਬਰ ਸਟਾਪ ਮੈਟਰੋ ਬੱਸ ਦਾ ਲਾਹੌਰ ਦੇ ਵਿੱਚ ਜਰਰ ਹਸਪੀਟਲ ਤੋਂ ਅਗਲਾ ਸਟਾਪ 21 ਨੰਬਰ ਹੈ ਮੈਟਰੋ ਸਟਾਪ ਦਾ ਉੱਥੇ ਆ ਕੇ ਸਾਨੂੰ ਫੋਨ ਕਰੋ ਮੈਂ ਬੱਚਾ ਭੇਜਾਂਗਾ ਤੁਹਾਨੂੰ ਵੈਲਕਮ ਕਰੇਗਾ ਇਨਸ਼ਾਅੱਲਾ ਮੇਰੀ ਛੁੱਟੀ ਕੋਈ ਨਹੀਂ ਹੈਗੀ ਨਾ ਹਫਤੇ ਦੀ ਨਾ ਐਤਵਾਰ ਦੀ ਨਾ ਜੁਮੇ ਦੀ ਸਵੇਰ 10 ਵਜੇ ਗਦਾਮ ਖੁੱਲਦਾ ਰਾਤ ਨੂੰ 10 ਵਜੇ ਬੰਦ ਹੁੰਦਾ ਠੀਕ ਹੋ ਗਿਆ ਹੁਣ ਤੁਸੀਂ ਆ ਬਹਾਉ ਜਰਾ ਜਲਦੀ ਕਰੀਏ ਲਓ ਜੀ ਬਿਸਮਿਲ੍ਲਾਹ ਰਹਿਮਾਨ ਰਹਿਮ ਲਓ ਜੀ ਇਹ ਡਿਜੀਟਲ ਪ੍ਰਿੰਟ ਐਡੇ ਐਡੇ ਸੋਹਣੇ ਮਾਵਾ ਦੇ ਲਾਲ ਕਿੱਥੋਂ ਲੱਭ ਕੇ ਲਿਆਓਗੇ ਇਹਨਾਂ ਦੇ ਨਾਲ ਦੇ ਰਾਫੇ ਭਾਈ ਕਪੜਾ ਚੈੱਕ ਕਰਕੇ ਦੱਸੋ ਵਾਮ ਨੂੰ ਤੁਸੀਂ ਤੇ ਮੇਰੇ ਕੋਲ ਮੌਜੂਦ ਬੈਠੇ ਨਹੀਂ ਜ਼ਬਰਦਸਤ ਹੈਗਾ ਇਹ ਆਪਣਾ ਹੁਣ ਸਰਦੀ ਦੇ ਵਿੱਚ ਮੈਂ ਕੋਟੀ ਪਾਣ ਦੀ ਲੋੜ ਨਹੀਂ ਗਈ ਔਰ ਇਹ ਜੇ ਇਹਦੀ ਬੈਕ ਸਾਈਡ ਡਿਜੀਟਲ ਪ੍ਰਿੰਟ ਇਸ ਸਾਈਡ ਤੇ ਬਾਜੂ ਇਹ ਬੋਤੀ ਭਾਰੀ ਬਾਜੀ ਦਾ ਸੂਟ ਨਹੀਂ ਬਣੇਗਾ ਝੂਠ ਨਹੀਂ ਬੋਲਣਾ ਸਮਾਰਟ ਬਾਜੀ ਦਾ ਸੂਟ ਬਣੇਗਾ ਕੋਈ ਵੇਚਦਾ 850 ਦਾ ਕੋਈ ਵੇਚਦਾ 800 ਦਾ ਕੋਈ ਵੇਚਦਾ 900 ਦਾ ਕਿਤੋਂ ਠੱਗੇ ਨਾ ਜਾਣਾ ਤਾਂ ਤੇਰਾ ਭਾਈ ਮੇਰਾ ਭਾਈ ਸਭ ਦਾ ਭਾਈ ਅਸਲਮ ਭਾਈ ਅਸਲਮ ਭਾਈ ਤੁਹਾਡੀ ਖਿਦਮਤ ਜਾ ਹਾਜ਼ਰ ਹੈ ਨਵੇਂ ਨਵੇਂ ਆਰਟੀਕਲ ਲੈ ਕੇ ਆਂਦਾ ਰਹੇਗਾ ਸਸਤੇ ਸਸਤੇ ਰੇਟ ਸਿਰਫ 700 ਰੁਪਏ ਦਾ ਕੀ ਬਾਤ ਹੈ ਪੈਂਤੀ ਰੰਗ ਪੈਂਤੀ ਡਿਜ਼ਾਈਨ ਮੌਜੂਦ ਏ ਜਿੰਨੇ ਮਰਜ਼ੀ ਲੈ ਲਵੇ ਇਨਸ਼ਾਅੱਲਾ ਇੱਕ ਰੰਗ ਦਾ ਕੋਈ 50 ਸੂਟ ਵੀ ਕਹੇਗਾ ਮਿਲਣਗੇ ਤੇ ਕੋਈ ਆਖੇ ਕਿ ਪਤਾ ਲੱਗੇ ਜੀ ਮੁੱਕ ਗਿਆ ਮਾਲ ਉਹ ਤਾਂ ਹੈ ਨਹੀਂ ਸਾਡੇ ਕੋਲ ਐਸੇ ਗੱਲੋਂ ਇਹ ਨਵੀਂ ਵੀਡੀਓ ਇਹ ਜਿਹੜਾ ਮੈਂ ਤੁਹਾਨੂੰ ਤਰੀਕਾ ਦੱਸਣ ਲੱਗਾ ਇਹ ਸਿਰਫ ਮੇਰੀ ਵੀਡੀਓ ਤੋਂ ਦੇਖ ਕੇ ਮੈਨੂੰ ਸਾਰੇ ਬਣਾਣਗੇ ਇਹ ਤੁਸੀਂ ਦੇਖਣਾ ਮੈਂ ਕੀ ਕੀਤਾ ਅੱਜ ਇਹ ਦੇਖੋ ਜੀ ਮਾਸ਼ਾਅੱਲਾ ਕੈਮਰਾਮੈਨ ਮੇਰਾ ਭਾਈ ਦਿਖਾ ਸਕੇ ਤੇ ਇਹ ਸਾਰੇ ਐਸੇ ਚ ਡਿਜ਼ਾਈਨ ਨੇ ਇਹ ਸੇਮ ਜਿਹੜਾ ਤੁਹਾਨੂੰ ਸੈਂਪਲ ਚੈੱਕ ਕਰਾਇਆ ਇਹ ਪੈਜੇ ਇੱਕ ਇਹ 2 ਇਹ 3 ਇਹ 4 ਇਹ 5 ਇਹ 6 ਇਹ 7 ਇਹ 8 ਇਹ 9 ਇਹ ਦੱਸ ਮੇਰੀ ਹੋ ਗਈ ਹੁਣ ਬਸ ਠੀਕ ਹੋ ਗਿਆ ਇਹ ਬਾਕੀ ਤੁਹਾਡੇ ਸਾਹਮਣੇ ਪਏ ਨੇ ਇੱਕ ਰੰਗ ਦੇ ਕੋਈ ਮੇਰਾ ਭਰਾ ਪੰਜਾਬ ਪੰਜਾਬ ਵੀ ਮੰਗੇਗਾ ਉਹਨੂੰ ਜ਼ਰੂਰ ਮਿਲਣਗੇ ਇਹ ਸਾਰੇ 7-700 ਦੇਣਗੇ 700 ਰੁਪਿਆ 700 ਰੁਪਿਆ ਸੇਲ ਮੇਲਾ ਦੇ ਬਾਜ਼ਾਰ ਵੇਲਾ ਅੱਗੇ ਕੀ ਆਇਓ ਵੀ ਨਵਾਂ ਆਰਟੀਕਲ ਫਿਰ ਵਹਾਂ ਲੱਗਾ ਲੋ ਜੀ ਲੋ ਜੀ ਜਦੋਂ ਗਰਮੀ ਖਤਮ ਹੁੰਦੀ ਹੈ ਸਰਦੀ ਦਾ ਸੀਜ਼ਨ ਸ਼ੁਰੂ ਹੁੰਦਾ ਉਦੋਂ ਲੀਲਣ ਵੇਖਦੀ ਏ ਜਦੋਂ ਸਰਦੀ ਦਾ ਐਂਡ ਹੁੰਦਾ ਹੈ ਗਰਮੀ ਦਾ ਸੀਜ਼ਨ ਸ਼ੁਰੂ ਹੁੰਦਾ ਉਦੋਂ ਵੀ ਲੀਲਣ ਵੇਖਦੀ ਜੇ ਅੱਲਾ ਦੇ ਕਮਦਾਲ ਇਹ ਪੱਕੀ ਠਾ ਠਾੜ ਵਾਵਾਂਗਾ ਡਿਜੀਟਲ ਪ੍ਰਿੰਟ ਅਸਲਮ ਭਾਈ ਰੰਗ ਤਾਂ ਲੈਂਦੇ ਆਂਦੇ ਰੰਗ ਲੈ ਜਾ ਵੇ ਸ਼ਲਿੰਗ ਕੀਤਾ ਹੋਇਆ ਸੂਟ ਵਾਪਸ ਜਿਹੜਾ ਮੇਰੀ ਭੈਣ ਮੇਰੇ ਭਰਾ ਮੇਰੇ ਕੋ ਕਾਰੋਬਾਰ ਵਾਸਸ ਮਾਲ ਲੈ ਕੇ ਜਾਂਦੇ ਨੇ ਉਹਨਾਂ ਦਾ ਜਿਹੜਾ ਨਹੀਂ ਸੇਲ ਹੋਏਗਾ ਉਹ ਮੇਰਾ ਜਿਹੜਾ ਉਹਨਾਂ ਦਾ ਸੇਲ ਹੋਏਗਾ ਉਹਨਾਂ ਦਾ ਨਾਜ਼ਰੀਨ ਇਸ ਤੋਂ ਵੱਡੀ ਸਹੂਲਤ ਮੇਰਾ ਖਿਆਲ ਨਹੀਂ ਹੋ ਸਕਦੀ ਕਿ ਜਿਹੜਾ ਤੁਹਾਨੂੰ ਸਭ ਤੋਂ ਵੱਡਾ ਬੰਦੇ ਨੂੰ ਡਰ ਹੁੰਦਾ ਕਿ ਯਾਰ ਮੈਂ ਲੈ ਆ ਵਿਕਿਆ ਨਾ ਤੇ ਪੈਸੇ ਮੇਰੇ ਪੇਟੇ ਪੈ ਜਾਣੇ ਨੇ ਤੇ ਤੁਸੀਂ ਜਿਹੜਾ ਨਾ ਇਹਨਾਂ ਕੋ ਲਵੋ ਅਗਰ ਜਿਹੜਾ ਨਹੀਂ ਵੀ ਵੇਚਦਾ ਉਹ ਵਾਪਸ ਹੋ ਜਾਏ ਦੇਖੋ ਜੀ ਇਹ ਵੀ ਡਿਜੀਟਲ ਪ੍ਰਿੰਟ ਜੇ ਇਹ ਇਹ ਲੀਲਨ ਦਾ ਟੂ ਪੀਸ ਸੂਟ ਇਹ ਫਰੰਟ ਸਾਈਡ ਸਾਈਡ ਤੇ ਬਾਜ਼ੂ ਔਰ ਪੱਕੀ ਠਾ ਠਾ ਇਹ ਹੁੰਦੀ ਜੇ ਜਿਹਨੂੰ ਕਹਿੰਦੇ ਨੇ 60 ਤੇ 8 68 ਵਾਹ ਇਹ ਜੇ ਦੀ ਬੈਕ ਸਾਈਡ ਤੇ ਸਾਈਡ ਤੇ ਬਾਜ਼ੂ ਇਹ ਵੀ ਬੋਤੀ ਭਾਰੀ ਬਾਜੀ ਦਾ ਸੂਟ ਨਹੀਂ ਬਣੇਗਾ ਨਾਰਮਲ ਬਾਜੀ ਦਾ ਇਹਦਾ ਰੇਟ ਵੀ 700 ਏ ਅੱਲਾ ਦੇ ਹੁਕਮ ਦੇ ਨਾਲ ਇਹ ਵੇਖੋ ਇਹਦੇ ਵੀ ਰੰਗ ਡਿਜ਼ਾਈਨ ਮੇਰੇ ਕੋਲ ਮੌਜੂਦ ਏ 1 2 ਇਹ 3 ਇਹ ए पांच, ए छे ए सत्त ए इधर वेखो ना छड़ के तो ना ना जाओ वेखो पूरी मूवी देखो अल्लाह देखो ना तो बड़े बड़े प्यारे आठी आर्टिकल मेरी जिम्मे एक मास्टर समझा रहा हों जो बिल्कुल नारी है लेकिन दी जो उनकी गल का कोई तवजो ना ना करे तो लेकिन मजा नहीं आता अल्लाह देखो ना तो भ्रा खिदमत बच्चे आसर है जिन्नी दे, दे दिक्कत मेरी जिंदगी अल्ह के हकम्द जो कोई मैं सीखे हो फ्री देना होती मैं फीस नहीं लैनी ਮੈਂ ਤੁਹਾਨੂੰ ਹਰ ਵੀਡੀਓ ਚ ਕਹਿਣਾ ਅੱਲਾ ਦੇ ਹੁਕਮ ਦੇ ਨਾਲ ਹੈ ਮੈਂ ਦੀ ਫੀਸ ਨਹੀਂ ਲੈਣੀ ਇਹ ਮੈਨੂੰ ਸਿਰਫ ਦੁਆਵਾਂ ਦੀ ਜ਼ਰੂਰਤ ਹੈ ਮੈਂ ਵੀ ਅੱਲਾ ਦੇ ਕੋਲ ਸਾਰੇ ਭੈਣਾ ਭਰਾਵਾਂ ਵਾਸਤੇ ਦੁਆ ਕਰਨਾ ਮੇਰੀਆਂ ਭੈਣਾ ਘਰ ਯਤੀਮ ਬੱਚਿਆਂ ਨੂੰ ਪਾਲਣ ਦੀਆਂ ਨੇ ਮੈਂ ਉਹਨਾਂ ਨੂੰ ਸਲਾਮ ਪੇਸ਼ ਕਰਨਾ ਅੱਲਾ ਦੇ ਕੋਲ ਥੋੜੇ ਪੈਸਿਆਂ ਦੇ ਨਾਲ ਤੁਸੀਂ ਕੰਮ ਸ਼ੁਰੂ ਕਰੋ ਅੱਲਾ ਦੇ ਕੋਲ ਘਰ ਬਹਿ ਕੇ ਤੁਸੀਂ ਪੈਸੇ ਕਮਾ ਸਕਦੇ ਆ ਬਾਜੀ ਮੈਂ ਤੁਹਾਨੂੰ ਹੁਨਰ ਦੇਵਾਂਗਾ ਇਹ ਮੇਰੇ ਕੋਲ ਬਹੁਤ ਜ਼ਿਆਦਾ ਹੈ ਆਰਟੀਕਲ ਹੈਗੇ ਨੇ ਇਹਦੇ ਵਿੱਚ ਮੇਰੇ ਕੋਲ ਸਿਰਫ 24 ਰੰਗ 24 ਡਿਜ਼ਾਈਨ ਲੀਲਨ ਦੇ ਵਿੱਚ ਮੌਜੂਦ ਹੈ ਮਰੀਨੇ ਦੇ 35 ਇਹਦੇ 24 ਜੋ ਮੌਜੂਦ ਹੈ ਉਹੀ ਕਹਿਣਾ ਹੈ ਝੂਠ ਨਹੀਂ ਬੋਲਣਾ ਪੀਰਾ ਨੇ ਵੀ ਕਿਹਾ ਮੇਰੇ ਪਿੱਛੇ ਮੇਰੀ ਮਾਂ ਦੀ ਦੁਆ ਹੈ ਮੇਰੇ ਭਰਾਵਾਂ ਦੀ ਦੁਆ ਹੈ ਮੇਰੇ ਬਾਪ ਦੀ ਦੁਆ ਹੈ ਤੇ ਮੇਰੇ ਪੀਰਾਂ ਦੀ ਦੁਆ ਹੈ ਮੈਂ ਬੁੱਲੇ ਦੇ ਸ਼ਹਿਰ ਦਾ ਵਾਂ ਅੱਲਾ ਦੇ ਹੁਕਮ ਨਾਲ ਝੂਠ ਨਹੀਂ ਬੋਲਣਾ ਨਹੀਂ ਬੋਲਣਾ ਨਹੀਂ ਬੋਲਣਾ ਇਹ ਦੇਖੋ ਮਾਰੀਆ ਬੀ ਦੀ ਫਸਟ ਕਾਪੀ ਹੈ ਬ੍ਰਾਂਡ ਨਹੀਂ ਹੈ ਫਸਟ ਕਾਪੀ ਹੈ ਠੀਕ ਹੋ ਗਿਆ ਔਰ ਇਹ ਬੱਚੀ ਦਾ ਸੂਟ ਹੈ ਟੂ ਪੀ ਸੂਟ ਇਹ 5 ਸਾਲ 6 ਸਾਲ 10 ਸਾਲ ਦੀ ਬੱਚੀ ਤੱਕ ਇਹ ਸੂਟ ਬਣ ਜਾਏਗਾ ਲਓ ਜੀ ਇਹ ਜੇ ਕਢਾਈ ਆ ਨਾ ਇਹਦਾ ਫਰੰਟ ਜ਼ਬਰਦਸਤ ਵਾਹ ਜੀ ਵਾਹ ਬੱਚੇ ਵੀ ਕਢਾਈਆਂ ਵਾਲੇ ਪਾਣ ਕੇ ਸੂਟ ਮਾਰ ਰਹੇ ਬਹੁਤ ਹੀ ਪਿਆਰਾ ਤੇ ਬਹੁਤ ਹੀ ਆਲਾ ਵਿਆਹ ਸ਼ਾਦੀ ਤੇ ਵੀ ਪੈਸਾ ਇਹਦੇ ਵਿੱਚ ਵੀ 10 ਰੰਗ 10 ਡਿਜ਼ਾਈਨ ਮੌਜੂਦ ਨੇ ਔਰ ਮਾਲ ਮਿਲੇਗਾ ਇਨਸ਼ਾਅੱਲਾ ਔਰ ਮੈਂ ਤੁਹਾਡੇ ਸਾਹਮਣੇ ਦਿਖਾਵਾਂਗਾ ਵੀ और एन दैकसाइड है बिल्कुल प्लेन और ये है इसके स्लीप ये भी कढ़ाई वाले दस साल की बच्ची तक बनेगा इंगलिश बोलना है बस जी की करिए इंग्लिश की बोलनी है यह भैर भ्रावें का प्यार ही बड़ा मिले यकीन करो यकीन करो मैं फिर एक बार एक बार फिर ਅਸਲਮ ਭਾਈ ਤੇਰਾ ਭਾਈ ਮੇਰਾ ਭਾਈ ਸਭ ਦਾ ਭਾਈ ਅਸਲਮ ਭਾਈ ਅਸਲਮ ਭਾਈ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੈ ਇਨਸ਼ਾਅੱਲਾ ਤੁਹਾਨੂੰ ਦਿਓਗੇ ਕਿ ਨਹੀਂ ਦਾ ਇਹ ਦੱਸੋ ਮੈਨੂੰ ਤਾਂ ਚੰਗਾ ਲੱਗਦਾ ਇਹ ਭਾਈ ਜਾਨ ਹੈ ਦੇਖੋ ਨਾ ਪਹਿਲੇ ਪੂਰੀ ਚੀਜ਼ ਤੇ ਦੇਖੋ ਇਹਦਾ ਟਰੋਜ਼ਰ ਦਾ ਪੀਸ ਵਾਹ ਜੀ ਵਾਹ ਟਰੋਜ਼ਰ ਦੇ ਇੱਕ ਕਢਾਈ ਕੱਢੀ ਹੋਏਗੀ ਕੋਈ ਵੇਚਦਾ 1350 ਦਾ ਕੋਈ ਵੇਚਦਾ 1250 ਦਾ ਕੋਈ ਵੇਚਦਾ 1100 ਦਾ ਕੋਈ ਵੇਚਦਾ 1000 ਦਾ ਅਸਲਮ ਭਾਈ ਕੋ ਮਿਲੇਗਾ ਸਿਰਫ 900 ਰੁਪਏ ਦਾ ਵਾਹ ਜੀ ਵਾਹ 900 ਰੁਪਏ ਦੇ ਵਿੱਚ 10 ਰੰਗ 10 ਡਿਜ਼ਾਈਨ ਮੌਜੂਦ ਆ ਮਾਰੀਆਂ ਵੀ ਦਾ ਬ੍ਰਾਂਡ ਜੀ ਫਰਸਟ ਕਾਪੀ ਜ਼ਬਰਦਸਤ ਫਰਸਟ ਕਾਪੀ ਨਾਜ਼ਰੀਨ ਫਰਸਟ ਕਾਪੀ ਕਹਿ ਕੇ ਵੇਚ ਰਹੇ ਨੇ ਲੋਕ ਇਹਨੂੰ ਬ੍ਰਾਂਡ ਦਾ ਕਹਿ ਕੇ ਵੇਚਦੇ ਨੇ ਜਿਹੜੀ ਕਾਪੀ ਹੈ ਉਹ ਕਾਪੀ ਹੈ ਇਹ ਵੀ ਆਰਟੀਕਲ ਇਹ ਦੇਖੋ ਮਾਲ ਮੌਜੂਦ ਮਿਲੇਗਾ ਇਨਸ਼ਾਅੱਲਾ ਇਹ ਦੇਖੋ 10 ਰੰਗ 10 ਡਿਜ਼ਾਈਨ ਇਨਸ਼ਾਅੱਲਾ ਤੁਹਾਨੂੰ ਮਿਲਣਗੇ ਵਾਮੀ ਐਟਮ ਹੈ ਕੋਈ ਮਾਰੇ ਭੈਣ ਭਰਾ ਹੁੰਦੇ ਨੇ ਕਹਿੰਦੇ ਨੇ ਚਲੋ ਜੀ ਅਸੀਂ ਵੀ ਜਾ ਕੇ ਰੋਟੀ ਕਮਾ ਲਈਏ ਠੀਕ ਹੋ ਗਿਆ ਤੇ ਅੱਲਾਹ ਤਾਲਾ ਮੈਂ ਕਹਿੰਦਾ ਵਾ ਸਾਰਿਆਂ ਨੂੰ ਰੋਟੀ ਮਿਲੇ ਮੇਰੇ ਕੋਲ ਹਰ ਕਿਸਮ ਦਾ ਮੇਰੇ ਕੋਲ ਮਾਲ ਹੁੰਦਾ ਹੈ ਠੀਕ ਹੋ ਗਿਆ ਨਾਜ਼ਰੀਨ ਜਿਸ ਤਰ੍ਹਾਂ ਕਿ ਅੱਜ ਕੱਲ ਮਹਿੰਗਾਈ ਦਾ ਜਿਹੜਾ ਨਾ ਇਸ ਟਾਈਮ ਬਹੁਤ ਜ਼ਿਆਦਾ ਜ਼ੋਰ ਹੈ ਔਰ ਲੋਕ ਜੋ ਨਾ ਚੀਜ਼ ਲੱਭਦੇ ਨੇ ਕਿ ਸਸਤੀ ਮਿਲੇ ਉਹਨਾਂ ਨੂੰ ਔਰ ਅੱਛੀ ਮਿਲੇ ਤੇ ਅਸਲਮ ਮਾਈਕਲ ਮਾਸ਼ਾਅੱਲਾ ਵੈਰਾਈਟੀ ਸਾਰੀ ਹੈਗੀ ਇਹਨਾਂ ਕੋਲ ਲੈ ਕੇ ਵੇਖ ਸਕਦੇ ਹੋ ਹਰ ਬੰਦਾ ਇਹਨੂੰ ਵੇਚਣ ਡਿਆ ਕੋਈ 1250 ਦਾ ਕੋਈ 1150 ਦਾ ਇਹਦੇ ਵਿੱਚ ਮੇਰੇ ਕੋਲ ਇਸ ਟਾਈਮ ਦੇ 10 ਰੰਗ 10 ਡਿਜ਼ਾਈਨ ਮੌਜੂਦ ਆ ਔਰ ਆ 2020 ਮਰੀਨਾ ਗਲੇ ਉੱਤੇ ਕਢਾਈ ਇਹਨੂੰ ਕਹਿੰਦੇ ਨੇ ਰੈਪਲੀਕਾ ਕਢਾਈ ਵਾਲਾ ਸੂਟ 3 ਪੀਸ ਐਂਡ ਦੀ ਫਰੰਟ ਸਾਈਡ ਗਲੇ ਦੇ ਉੱਤੇ ਕਢਾਈ ਕਪੜਾ ਵੀ ਚੰਗਾ ਹੈ ਐਂਡ ਦੀ ਬੈਕ ਸਾਈਡ ਬਹੁਤ ਅੱਛਾ ਜੀ

ਅੱਲਾ ਦੇ ਹੁਕਮ ਨਾਲ ਕੋਈ ਵੀ ਨਹੀਂ ਵੇਚੇਗਾ ਇਹ ਨਾਲ ਕਰਮ ਸ਼ਾਲਾ ਬੋਲਦੇ ਇਹ ਅੱਗੇ ਕਿਹਨਾਂ ਦਾ ਵੇਖਦਾ ਹੈ ਅਸਲਮ ਭਾਈ ਭਾਈ ਨਾ ਮੈਂ ਕਹਿੰਦਾ ਵਾ ਪਤਲੀ ਕਮਾਈ ਕਰੋ ਆਂਡੇ ਖਾਓ ਸੇਲ ਬਾਦਸ਼ਾਹ ਹੁੰਦੀ ਏ ਠੀਕ ਹੋ ਗਿਆ ਠੀਕ ਹੈ ਕਿਹਨਾਂ ਦਾ ਵੇਖਦਾ ਉਹ 1200 ਰੁਪਏ ਦਾ ਵੇਚੀ ਜਾਣ 1200 ਰੁਪਏ ਰਾਹ ਨੂੰ 10 ਵੇਚ ਕੇ ਰੁਪਈਆ 2000 ਇੱਜ਼ਤ ਦੀ ਰੋਟੀ ਹੱਕ ਲਾਲ ਦੀ ਅੱਲਾ ਦੇ ਹੁਕਮ ਨਾਲ ਮਹੀਨੇ ਦਾ ਮਹੀਨੇ ਦਾ 60000 ਰੁਪਈਆ ਮਾਸ਼ਾਅੱਲਾ ਮਾਸ਼ਾਅੱਲਾ ਔਰ ਗਰਮ ਸ਼ਾਲ ਏ ਅੱਲਾ ਦੇ ਹੁਕਮ ਨਾਲ ਚੀਜ਼ ਅੱਛੀ ਵੇਚਾਂਗਾ ਗਲਤ ਚੀਜ਼ ਨਹੀਂ ਵੇਚਣੀ ਨਾਜ਼ਰੀਨ ਜਿਹੜੇ ਲੋਕ ਨੌਕਰੀਆਂ ਕਰ ਰਹੇ ਨੇ ਜਿਹੜੇ ਦੋਸਤ ਨੇ ਜਿਹੜਾ ਨੌਕਰੀ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਸਾਨੂੰ ਕੋਈ 25 ਹਜ਼ਾਰ 30 ਹਜ਼ਾਰ ਦੀ ਨੌਕਰੀ ਮਿਲ ਜੇ ਅਗਰ ਉਹ ਆਪਣਾ ਕਾਰੋਬਾਰ ਕਰ ਦੇਣ ਅਸਲਮ ਬਾਈ ਨੇ ਬੜੀ ਅੱਛੀ ਗੱਲ ਕੀਤੀ ਹੈ ਕਿ ਇਹ ਤੋਂ ਹਜ਼ਾਰ ਦਾ ਲਾ ਕੇ 1200 ਰੁਪਏ ਦਾ ਵੇਚ ਕੇ ਅਗਰ ਤੁਸੀਂ 10 ਸੂਟ ਵੇਚ ਲੈਂਦੇ ਤਾਂ ਆਰਾਮ ਦੇ ਨਾਲ ਸ਼ਾਮ ਦੇ ਟਾਈਮ 2000 ਰੁਪਏ ਤੁਸੀਂ ਆਪਣੇ ਕਾਰ ਲੈ ਕੇ ਜਾ ਸਕਦੇ ਹੋ ਨਵੀਂ ਨਵੀਂ ਵੈਰਾਈਟੀ ਵਾਸਤੇ ਸਾਹਮਣੇ ਦੇਖੋ ਭਾਈ ਮੈਂ ਪੜਿਆ ਨਹੀਂ ਹੋਇਆ ਪੜ ਕੇ ਦੱਸਣਾ ਗੁੱਲ ਅਹਿਮਦ ਦਾ ਨਾਜ਼ਰੀ ਨੇ ਸੂਟ ਹੈਗਾ 2020 ਲਿਖਿਆ ਡਿਜੀਟਲ ਗੁੱਲ ਅਹਿਮਦ ਦਾ 2020 ਮਰੀਨੇ ਦੇ ਵਿੱਚ ਗਲੇ ਉੱਤੇ ਕਢਾਈ ਰੈਪਲਿਕਾ ਦਾ ਜੋੜਾ ਤੇ ਮੁੱਲ ਬੜਾ ਹੀ ਥੋੜਾ ਨਾ ਸੱਸਾਂ ਲੜੇ ਨੇ ਨਾ ਸੋਹਰਾ ਓਰੇ 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 ਇਹ ਓਰੇ ਓਰੇ ਵਿੱਚ ਕੀ ਹੁੰਦਾ ਹੈ ਇਹ ਸਾਰੇ ਵੈਸੇ ਯਾਰ ਮੇਰਾ ਨਾ ਦਿਲ ਨੂੰ ਜਦੋਂ ਖੁਸ਼ੀ ਹੁੰਦੀ ਉਦੋਂ ਮੈਂ ਓਰੇ ਓਰੇ ਕਰਨਾ ਇਹ ਅਸਲ ਭਾਈ ਨਾਲ ਮੈਂ ਗੱਲ ਕੀਤੀ ਕਿ ਤੁਸੀਂ ਇਸ ਤਰ੍ਹਾਂ ਦਾ ਕਿਉਂ ਵਿੱਚ ਹਸੀ ਮਜ਼ਾਕ ਵੀ ਨਾਲ ਚੱਲਦਾ ਤਾਂ ਕਹਿੰਦੇ ਨੇ ਕਿ ਯਾਰ ਕਿਸੇ ਦੇ ਚਿਹਰੇ ਤੇ ਥੋੜੀ ਜਿਹੀ ਖੁਸ਼ੀ ਆ ਜਾਂਦੀ ਹੈ ਹਸੀ ਕੋਈ ਨਾਲ ਨਾਲ ਕੰਮ ਵੀ ਕਰੇ ਤੇ ਨਾਲ ਥੋੜਾ ਐਂਟਰਟੇਨਮੈਂਟ ਵੀ ਹੋਵੇ ਤੇ ਬਹੁਤ ਅੱਛੀ ਗੱਲ ਹੈ ਇਹ ਫਰੰਟ ਸਾਈਡ ਡਿਜੀਟਲ ਪ੍ਰਿੰਟ ਹੈ ਸਾਈਡ ਤੇ ਬਾਰਡਰ ਹੈ ਅੱਗੇ ਪਿੱਛੇ ਘੇਰੇ ਤੇ ਲੱਗੇਗਾ ਔਰ ਇਹ ਹੈ ਇਸकी ਬੈਕ ਸਾਈਡ ਵਾਹ ਜੀ ਵਾਹ ਇਹ ਹੈ ਇਸਕੇ ਸਲੀਪ ਜੋ ਅਸਲਮ ਭਾਈ ਬਾਜ਼ੋਂ ਦਾ ਪੀਸ ਫ੍ਰੀ ਮੇ ਦਿੰਦਾ ਹੈ ਅੱਛਾ ਬਾਜ਼ਵਾ ਤੋਂ ਬਗੈਰ ਵੀ ਦੇ ਦਿੰਦੇ ਹੋ ਬਾਜ਼ਵਾ ਤੋਂ ਬਗੈਰ ਵੀ ਕੋ ਲੈ ਜਾਂਦਾ ਠੀਕ ਹੋ ਗਿਆ ਔਰ ਇਹ ਹੈ ਇਸਕਾ ਟਰੋਜ਼ਰ ਕੋਈ ਟਰੋਜ਼ਰ ਖੋਲ ਕੇ ਨਹੀਂ ਮਹਾਂਦਾ ਇੰਜ 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 ਕੀ ਆ ਇੰਜ ਆਓ ਬਹੁਤ ਹੀ ਪਿਆਰੀ ਤੇ ਬਹੁਤ ਹੀ ਚੀਜ਼ ਆਲਾ ਔਰ ਸੇਮ ਹੀ ਇਹਦਾ ਦੁਪੱਟਾ ਅੱਲਾ ਦੇ ਹੁਕਮ ਦੇ ਨਾਲ ਐ ਲੋ ਵਾਹ ਜੀ ਵਾਹ ਕੋਈ ਕਹਿੰਦਾ 1850 ਰੁਪਏ ਦਾ ਕੋਈ ਕਹਿੰਦਾ 1700 ਰੁਪਏ ਦਾ ਇਹ ਅਸਲ ਭਾਈ ਕੋ ਮਿਲੇਗਾ 1450 ਰੁਪਏ ਦਾ 10 ਰੰਗ 10 ਰੁਪਏ ਮੌਜੂਦ ਆ ਏਡਾ ਸਸਤਾ ਕਿਉਂ ਦੇ ਰਹੇ ਹੋ ਉਸ ਨੂੰ ਭਾਈ ਭਾਈ ਸੇਲ ਮੇਲਾ ਮੈਂ ਤੁਹਾਨੂੰ ਹਰ ਵਾਰੀ ਕਿਸ ਤਰ੍ਹਾਂ ਦੱਸਾਂ ਮੈਂ ਤੁਹਾਨੂੰ ਕਹਿ ਦੇ ਰਿਹਾ ਮੈਂ ਆਂਡੇ ਖਾਣੇ ਨੇ ਮੁਰਗੀ ਨਹੀਂ ਖਾਣੀ ਮੁਰਗੀ ਇੱਥੇ ਫਸ ਜਾਂਦੀ ਏ ਫੇ ਕੁਕਰੂ ਕਰੂ ਕਰਦੀ ਆ ਇਹ ਸਾਰੀਆਂ ਆਈਟਮਾਂ ਹੀ ਤੁਹਾਡੀ ਸੇਲ ਮੇਲਾ ਲੱਗਾ ਹੋਇਆ ਅੱਲਾ ਦੇ ਕਮ ਨਾਲ ਹਰ ਚੀਜ਼ ਸੇਲ ਮੇਲਾ ਔਰ ਕੋਈ ਕਹਿੰਦਾ ਨਾ ਮੇਰਾ ਸੁਪਰ ਰੇਡ ਤੇ ਇਹ ਤੁਹਾਡੇ ਅਸਲਮ ਭਾਈ ਦਾ ਸੁਪਰ ਦਾ ਵੀ ਸੁਪਰ ਫੇ ਸੁਪਰ ਫੇ ਸੁਪਰ ਫੇ ਸੁਪਰ ਇਨਸ਼ਾਅੱਲਾ ਅੱਲਾ ਦੇ ਕਮ ਨਾਲ ਮਹਾ ਸੁਪਰ ਇਨਸ਼ਾਅੱਲਾ ਤਾਲਾ ਔਰ ਇਹਦੇ ਵਿੱਚ ਕਲਰ 1450 ਇਹ ਵੇਖੋ ਇੱਕ ਇਹ ਦੋ ਇਹ ਤਿੰਨ ਗੁਲਾਮ ਚ ਸਾਰੇ ਇਹ ਚਾਰ ਇਹ ਪੰਜ ਇਹ ਛੇ ਇਹਦੇ ਵਿੱਚ ਸੱਤ ਰੰਗ ਸੱਤ ਡਿਜ਼ਾਈਨ ਮੌਜੂਦ ਆ ਅਸਲਮ ਭਾਈ ਮੈਨੂੰ ਇਹ ਦੱਸੋ ਕਿ ਜਿਹਨੇ ਲੈਣੇ ਹੋਣਗੇ ਸਾਰੇ 9 ਦੇ 9 10 10 ਜਿਹੜੇ ਵਾਲੀਅਮ ਹੈਗੇ ਨੇ ਸਾਰਾ ਇਕੱਠਾ ਲੈਣਾ ਪੈਗਾ ਕਿ ਵਿੱਚੋਂ ਕੋਈ ਥੋੜੇ ਬਹੁਤ ਵੀ ਮਿਲ ਸਕਦੇ ਨੇ ਸਰ ਕੋਈ ਮੇਰਾ ਭਰਾ ਕੋਈ ਬੇਰੋਜ਼ਗਾਰ ਕੋਈ ਕਹਿੰਦਾ ਜੀ ਮੇਰੇ ਕੋਲ ਸੈੱਟ ਲੈ ਕੇ ਜਾਓ ਉਹਨਾਂ ਕੋਲ ਪੈਸੇ ਨਹੀਂ ਹੁੰਦੇ ਮਜਬੂਰਨ ਨਹੀਂ ਲੈ ਸਕਦੇ ਮੈਂ ਕਹਿੰਦਾ ਸੈੱਟ ਨਹੀਂ ਲੈ ਕੇ ਜਾ ਕੋਈ ਕਹਿੰਦਾ ਹਾਫ ਲੈ ਜਾਓ ਲੇਕਿਨ ਉਹਨਾਂ ਕੋਲ ਨਹੀਂ ਹੈ ਤੇ ਮੈਂ ਕਹਾਂਗਾ ਮੇਰੇ ਸਾਰੇ ਸੱਟਾਂ ਦੇ ਵਿੱਚੋਂ ਸਾਰੇ ਡਿਜ਼ਾਈਨਾਂ ਦੇ ਵਿੱਚੋਂ ਕੋਈ ਇੱਕ ਇੱਕ ਸੂਟ ਵੀ ਕੱਢੇਗਾ ਨਾ ਤੇ ਅਸਲਮ ਭਾਈ ਨੂੰ ਖੁਸ਼ੀ ਹੋਏਗੀ ਅਸਲਮ ਭਾਈ ਇੱਕ ਇੱਕ ਸੂਟ ਵੀ ਦੇਗਾ ਮਾਸ਼ਾਅੱਲਾ ਨਾਜ਼ਰੀਨ ਇੱਕ ਸੂਟ ਮਿਲੇਗਾ ਪਰ ਉਹ ਸੂਰਜ ਨਹੀਂ ਮਿਲੇਗਾ ਆ ਕੇ ਇੱਕ ਸੂਟ ਉਹ ਲੋਰ ਦੇ ਤਕਰੀਬੀ ਨੇ ਲੋਕ ਆਏ ਨੇ ਵਿਜ਼ਿਟ ਕਰ ਲੈਂਦੇ ਨੇ ਚਲੋ ਇੱਕ ਸੂਟ ਦੇ ਦਿੰਦੇ ਨੇ ਅਗਰ ਲੋਰੋਂ ਬਾਹਰ ਹੈ ਤੇ ਉਹ ਕੋਈ ਵੇਚਣ ਵਾਸਤੇ ਕੋਈ ਕਹਿੰਦਾ ਨਾ ਭਾਣ ਮੈਂ ਪੂਰਾ ਸੈੱਟ ਨਹੀਂ ਲੈ ਸਕਦਾ 10 ਰੰਗਾਂ ਦਾ ਤੁਹਾਡੇ ਕੋਲ ਵੈਰਾਈਟੀ ਜ਼ਿਆਦਾ ਹੈ ਤੇ ਮੈਂ ਉਹ ਫਿਰ ਭਰਾਈ ਕਰਦੇ ਨੇ ਇੱਕ ਸੈੱਟ ਦੇ ਵਿੱਚੋਂ ਨਾ ਇੱਕ ਇੱਕ ਸੂਟ ਕੱਢ ਲੈਂਦੇ ਨੇ ਉਹ ਆਪਣਾ 30 35 40000 ਰੁਪਏ ਦਾ ਬਿੱਲ ਬਣਵਾ ਲੈਂਦੇ ਨੇ ਠੀਕ ਹੈ ਉਹਦੇ ਵਿੱਚ ਵੈਰਾਈਟੀਆਂ ਉਹਨਾਂ ਨੂੰ ਜ਼ਿਆਦਾ ਮਿਲ ਜਾਂਦੀਆਂ ਨੇ ਉਹ ਫਿਰ ਜਿਹੜੀ ਵੈਰਾਈਟੀ ਉੱਥੇ ਜਾ ਕੇ ਵਿਕੇ ਉਹ ਮੈਨੂੰ ਤਲਾਕ ਕਰ ਦੇਣਾ ਮੈਂ ਫਿਰ ਉਹਨਾਂ ਨੂੰ ਉਧਰ ਤਵੱਜੋ ਦੇਣਾ ਜ਼ਬਰਦਸਤ ਹੋ ਗਿਆ ਨਾਜ਼ਰੀਨ ਤੁਸੀਂ ਆਪਣੀ ਪਸੰਦ ਦੇ ਜਿਹੜੇ ਖਰੀਦ ਸਕਦੇ ਹੋ ਇੱਥੋਂ ਤਾਂ ਕਿ ਡਿਜ਼ਾਈਨ ਲੋਕਾਂ ਨੂੰ ਜਾ ਕੇ ਵਹਾਓ ਉਹਦੇ ਨਾਲ ਦੇ ਫਿਰ ਦੁਬਾਰਾ ਇਹਨਾਂ ਕੋ ਫਿਰ ਮੰਗਾਈ ਜਾਓ ਔਰ ਹਰ ਵਾਲੀਮ ਦੇ ਵਿੱਚ ਤੁਹਾਨੂੰ ਇੱਕ ਇੱਕ ਦੋ ਦੋ ਪੀਸ ਮਿਲ ਸਕਦੇ ਨੇ ਆਸਾਨੀ ਨਾਲ ਮਿਲ ਸਕਦੇ ਨੇ ਲੋ ਜੀ ਇਹਦੇ ਤੋਂ ਬਾਅਦ ਤੁਹਾਨੂੰ ਇਹ ਵਹਾਵਾਂਗਾ ਵਾਹ ਜੀ ਵਾਹ ਇਹ ਬਹੁਤ ਹੀ ਪਿਆਰਾ ਕੀ ਪੜਿਆ ਲਿਖਣਾ ਦੱਸਣਾ ਮੈਨੂੰ ਇਹ ਜੇ ਡੋਟ ਦਾ ਜੀ ਵਿంటర్ ਕਲੈਕਸ਼ਨ ਹੈਗੀ ਹੈ 2020 ਤੇ ਇਹਦੇ ਬਾਰੇ ਤੁਸੀਂ ਦੱਸੋ ਕੁਛ ਇਹ ਵੀ ਮਰੀਨੇ ਦਾ ਸੂਟ ਹੈਗਾ ਜੀ ਇਹ ਗਲੇ ਉੱਤੇ ਕਢਾਈ ਹੈਗੀ ਜੇ ਅੱਲਾ ਦੇ ਹੁਕਮ ਦੇ ਨਾਲ ਡਿਜੀਟਲ ਪ੍ਰਿੰਟ ਹੈ ਲੋ ਇਹ ਵੀ ਰੈਪਲਿਕਾ ਹੈਗਾ ਇਹ ਵੀ ਰੈਪਲਿਕਾ ਹੈ ਇਹ ਫਰੰਟ ਸਾਈਡ ਹੈ ਅੱਛਾ ਇਹ ਫਰੰਟ ਸਾਈਡ ਹੈ ਇਸ ਦੀ ਹਾਂਜੀ ਇਹ ਸਾਈਡ ਤੇ ਬਾਰਡਰ ਜਿਹੜਾ ਅਗਲੇ ਘੇਰੇ ਤੇ ਲੱਗਣਾ ਹੈ ਠੀਕ ਹੋ ਗਿਆ ਔਰ ਇਹ ਹੈ ਇਸकी ਬੈਕ ਸਾਈਡ ਡਿਜੀਟਲ ਪ੍ਰਿੰਟ ਇਹਦਾ ਵੀ ਸਾਈਡ ਦਾ ਬਾਰਡਰ ਜਿਹੜਾ ਬੈਕ ਸਾਈਡ ਤੇ ਲੱਗਣਾ ਹੈ ਯਾਨੀ ਅਜ਼ਾਫੀ ਨਾਲ ਲਗਾਇਆ ਤੁਸੀਂ ਬਾਜ਼ੂਆਂ ਤੇ ਲਾ ਲਓ ਸਾਈਡਾਂ ਤੇ ਲਾ ਲਓ ਕੋਈ ਬਾਜੀ ਕਹਿੰਦੀ ਮੇਰਾ ਕੱਦ ਵੱਡਾ ਹੈ ਤੇ ਮੈਨੂੰ ਨਾ ਕਮੀਜ਼ ਛੋਟੀ ਪੈ ਜਾਂਦੀ ਹੈ ਤੇ ਫਿਰ ਉਹ ਬਾਰਡਰ ਹੈਗਾ 4-5 ਇੰਚੀ ਦਾ ਤੇ ਉਹ ਅੱਗੇ ਪਿੱਛੇ ਘੇਰਿਆਂ ਤੇ ਲੱਗੇਗਾ ਲੈਂਥ ਪੂਰੀ ਹੋ ਜਾਂਦੀ ਹੈ ਇਹ ਵਾਲਾ ਨਾਲ ਜਿਹੜਾ ਇਹਨਾਂ ਕੋ ਲੱਗਾ ਆਇਆ ਨਾਲ ਬਾਰਡਰ ਹਾਂਜੀ ਇਹ ਦੇਖੋ ਭਾਈ ਨਾ ਦੋਨਾਂ ਸਾਈਡਾਂ ਤੇ ਲੱਗਾ ਹੋਇਆ ਹੈ ਇਹ ਵੇਖੋ ਸਾਹਿਬ ਜੀ ਜੀ ਸਰ ਵਧੀਆ ਹੋ ਗਿਆ ਕੰਮ ਔਰ ਇਹ ਨਾਲ ਬਾਜ਼ੂਆਂ ਦਾ ਪੀਸ ਆ ਔਰ ਪਲੇਨ ਹੈ ਇਸਕਾ ਇਹ ਟਰੋਜ਼ਰ ਔਰ ਇਹ ਹੈ ਇਸ ਦਾ ਦਵੱਟਾ ਇਹਦੇ ਵਿੱਚ ਵੀ 10 ਰੰਗ 10 ਡਿਜ਼ਾਈਨ ਮੌਜੂਦ ਨੇ ਜ਼ਬਰਦਸਤ ਔਰ ਕੋਈ ਇਹ ਵੇਚਣ ਦੇ ਆ ਜੀ 1950 ਰੁਪਏ ਦਾ ਲੇਕਿਨ ਕਿਤੋਂ ਠੱਗੇ ਨਾ ਜਾਣਾ ਧਿਆਨ ਨਾਲ ਵੇਖ ਕੇ ਲੈਣਾ ਅਸਲਮ ਭਾਈ ਦੀ ਪੂਰੀ ਕੈਟਲੌਗ ਦੇ ਵਿੱਚ ਬੜੀ ਵੈਰਾਈਟੀ ਪਈ ਏ ਐਨੀ ਵੈਰਾਈਟੀ ਮੈਂ ਦਿਖਾ ਨਹੀਂ ਸਕਾਂਗਾ ਤੇ ਜਦੋਂ ਤੁਸੀਂ ਇੱਥੇ ਤਸ਼ਰੀਫ ਲੈ ਕੇ ਆਓਗੇ ਆਪਣੀ ਅੱਖਾਂ ਤੋਂ ਦੇਖ ਲੈਣਾ ਵੈਰਾਈਟੀ ਲੇਕਿਨ ਇਹਦਾ ਰੇਟ ਤੁਹਾਨੂੰ ਮਿਲੇਗਾ ਸਿਰਫ 1550 ਬਾਕੀ ਕਿੰਨਾ ਦਾ ਵਿਕਦਾ ਬਾਹਰ 1950 ਦਾ ਲੇਕਿਨ ਤੁਹਾਨੂੰ ਮਿਲੇਗਾ ਸਿਰਫ 1550 ਰੁਪਏ ਦੇ ਇਹਦੇ ਵਿੱਚ ਵੀ 10 ਰੰਗ 10 ਡਿਜ਼ਾਈਨ ਮੌਜੂਦ ਆ 10 ਨਹੀਂ ਸੌਰੀ 8 8 ਇੱਕ ਤਾਂ ਨਵਾਜਤਾ ਇੱਕ ਹੈ ਦੋ ਨਾ ਭਾਈ ਪਹਿਲੇ 1 ਮਿੰਟ ਖਲੋਦ ਰਹਾ ਹੈ ਇਹ ਵਾਓ ਮੈਨੂੰ 4 ਉਹ ਖਲੋ ਜਾ ਉਹ ਭਾਜਣ ਭਾਜਣ ਖਲੋ ਜਾ ਇਹ ਸੱਤ ਮੇਰੀ ਨਹੀਂ ਗੱਲ ਸੁਣ ਇਹ ਅੱਠ ਮੈਂ ਬਿਸਮਿਲਾ ਜੀ ਆਇਆ ਪਹਿਲੇ ਹਾਂਜੀ ਆਓ ਭਾਈ ਆਓ ਭਾਈ ਬਿਸਮਿਲਾ ਅਸਲਮ ਭਾਈ ਸਭ ਦਾ ਭਾਈ ਅਸਲਮ ਭਾਈ ਅਸਲਮ ਭਾਈ ਅਸਲਮ ਭਾਈ ਮੈਨੂੰ ਇਹ ਦੱਸੋ ਕਿ ਤੇ ਇਹ ਗੱਲ ਤਾਂ ਨਹੀਂ ਕਿ ਤੁਸੀਂ ਜਦੋਂ ਆਖੋ ਕਿ ਜੀ ਇਹ ਤਾਂ ਜਿੱਦਣ ਵੀਡੀਓ ਲੱਗੀ ਸੀ ਉਦੋਂ ਤੇ ਰੇਟ ਨੇ ਤੇ ਹੁਣ ਆ ਕੇ ਪੰਜ ਦਿਨ ਲੰਘ ਗਏ ਨੇ ਤੇ ਹੁਣ ਘੱਟ ਹੋ ਗਏ ਆਪਣਾ ਵੱਧ ਹੋ ਗਏ ਨੇ ਇਸ ਤਰ੍ਹਾਂ ਨਹੀਂ ਹੋ ਸਕਦਾ ਜ਼ਬਾਨ ਵੀ ਕੋਈ ਚੀਜ਼ ਹੁੰਦੀ ਆ ਪੂਰਾ ਉਤਰੋਗੇ ਅੱਲਾ ਦੇ ਹੁਕਮ ਦੇ ਨਾਲ ਕਸਮਰ ਨੂੰ ਮੈਂ ਆਪਣੇ ਆਪਣੇ ਜਿਹੜੇ ਭੈਣਾ ਭਾਈ ਨੇ ਉਹਨਾਂ ਨੂੰ ਕਮੈਂਟ ਚ ਦੱਸਣਾ ਜੇ ਕਰ ਇਸ ਤਰ੍ਹਾਂ ਦਾ ਕੋਈ ਗੱਲ ਕਰਨ ਠੀਕ ਹੋ ਗਿਆ ਅੱਲਾ ਦੇ ਹੁਕਮ ਦੇ ਨਾਲ ਮੇਰੀ ਮੂਵੀ ਨੂੰ ਸ਼ੇਅਰ ਵੀ ਕਰਨਾ ਇਹਨੂੰ ਲਾਈਕ ਵੀ ਕਰਨਾ ਚੰਗੀਆਂ ਚੰਗੀਆਂ ਗੱਲਾਂ ਰੱਖਿਆ ਨੂੰ ਕਮੈਂਡ ਵੀ ਕਰਨਾ ਤੁਸੀਂ ਆਪਣੀ ਪਹਿਲੇ ਵਾਲਦਾ ਦਾ ਲੈ ਕੇ ਆਓਗੇ ਫਿਰ ਤੁਸੀਂ ਆਪਣਾ ਲੈ ਆਓਗੇ ਹਾਂ ਯਾਨੀ ਕਿ ਅੱਛਾ ਮੇਰੀ ਮਾਂ ਹਾਂ ਤੁਸੀਂ ਆਪਣੀ ਪਹਿਲੇ ਵਾਲਦਾ ਦਾ ਲੈ ਕੇ ਆਓਗੇ ਫਿਰ ਤੁਸੀਂ ਬੱਚਿਆਂ ਦਾ ਸੋਚੋਗੇ ਕੀ ਬਾਤ ਹੈ ਹਾਂਜੀ ਇਹ ਦੇਖੋ ਮਦਰ ਗਲਾਸ਼ਨ ਦਰੰਗ ਦੇ ਵਿੱਚ ਇਹ ਸੱਸਾਂ ਦਾ ਤੇ ਸੋਹਰਿਆਂ ਦਾ ਹਾਂ ਅੱਲਾ ਦੇ ਹੁਕਮ ਦੇ ਨਾਲ ਜਿਹੜੀਆਂ ਮੇਰੀਆਂ ਭੈਣਾਂ ਕਹਿੰਦੀਆਂ ਨੇ ਸਾਡੀਆਂ ਸੱਸਾਂ ਲੜਦੀਆਂ ਨੇ ਤੇ ਇਹ ਮੇਰੇ ਕੋਲ ਸੂਟ ਲੈ ਕੇ ਜਾਣ ਆਪਣੀ ਮਾਂ ਨੂੰ ਦੇਣ ਜਾਂ ਆਪਣੀ ਸੱਸ ਨੂੰ ਦੇਣ ਤੇ ਅੱਲਾ ਦੇ ਹੁਕਮ ਨਾਲ ਦੇਖਣਾ ਕਿਵੇਂ ਇੱਜ਼ਤ ਹੁੰਦੀ ਲੋ ਜੀ ਸੱਸ ਨੌ ਦੀ ਲੜਾਈ ਵੀ ਖਤਮ ਕਰਾਤੀ ਅਸਲਮ ਭਾਈ ਨੇ ਇੱਕ ਇੱਕ ਸੂਟ ਖਰੀਦੋ ਔਰ ਗਿਫਟ ਕਰੋ ਆਪਣੀ ਆਪਣੀ ਸੱਸਾਂ ਨੂੰ ਤੇ ਕੰਮ ਸਾਰੇ ਠੀਕ ਹੋ ਜਾਣਗੇ ਇਹ ਆਲ ਆਵਰ ਡਿਜ਼ਾਈਨ ਇਹ ਤਾਂ ਰੰਗ ਦੇ ਉੱਤੇ ਇਹਦੇ ਵਿੱਚ ਵੀ 10 ਰੰਗ 10 ਡਿਜ਼ਾਈਨ ਮੌਜੂਦ ਹੈ ਇਹ ਬਾਰਡਰ ਸਾਈਡ ਤੇ ਆਏਗਾ ਅੱਗੇ ਪਿੱਛੇ ਘੇਰਿਆਂ ਤੇ ਇਹ ਫਰੰਟ ਸੇਮ ਇਹਦੇ ਨਾਲ ਦੀ ਬੈਕ ਸਾਈਡ ਜ਼ਬਰਦਸਤ ਇਹ ਤਾਂ ਬਹੁਤ ਪਿਆਰਾ ਸੂਟ ਲੱਗ ਰਿਹਾ ਮੈਨੂੰ ਸਭ ਤੋਂ ਜ਼ਿਆਦਾ ਅੱਛਾ ਲੱਗਾ ਮੈਨੂੰ ਔਰ ਇਹ ਹੈ ਇਸਕੇ ਸਲੀਪ ਮਾਵਾ ਦਾ ਜੋੜਾ ਹੋਵੇ ਤੇ ਅਸੀਂ ਗਲਛੀਦ ਲੈ ਆਈਏ ਹੋ ਨਹੀਂ ਸਕਦਾ ਬਹੁਤ ਸੋਹਣਾ ਜੀ ਲੱਗਣ ਡਿਆ ਵੇਖਣ ਤੋਂ ਬਾਅਦ ਲੱਗਣ ਡਿਆ ਔਰ ਸੇਮ ਇਹਦਾ ਟਰੋਜ਼ਰ ਦਾ ਰੰਗ ਦਾ ਬਹੁਤ ਹੀ ਪਿਆਰਾ ਤੇ ਬਹੁਤ ਹੀ ਆਲਾ ਸੇਮ ਹੀ ਇਹਦਾ ਦੁਪੱਟਾ ਦਾ ਰੰਗ ਦਾ ਕੋਈ ਵੇਚਦਾ 2550 ਰੁਪਏ ਦਾ ਮੇਰੀ ਗੱਲ ਗੌਰ ਨਾਲ ਸੁਣ ਲੈਣਾ ਇਹ ਮੁਹੱਬਤ ਹੈ ਇਹ ਪਿਆਰ ਹੈ ਹਰ ਬੰਦਾ ਬਰਾਇਨਾ ਕਰੇ ਜਿਹੜੀ ਗੱਲ ਸੱਚੀ ਹੋ ਸੱਚ ਦੱਸੇ ਇਹ ਫਸਟ ਕਾਪੀ ਇਹਦਾ ਰੰਗ ਦੀ ਤੁਸੀਂ ਜਿਹੜੀ ਮਰਜ਼ੀ ਮੋਰ ਲਵਾ ਸਕਦੇ ਜੇ ਇੱਥੇ ਅੱਲਾ ਦੇ ਹੁਕਮ ਨਾਲ ਅਸਲਮ ਭਾਈ ਜਿਹੜੀਆਂ ਤੁਹਾਨੂੰ ਗੱਲਾਂ ਦੱਸਣ ਦੇ ਆ ਤੇ ਬਿਲਕੁਲ ਸਹੀ ਗੱਲਾਂ ਦੱਸੇਗਾ ਇਨਸ਼ਾ ਅੱਲਾ ਤਾਲਾ ਇਹ ਤੁਹਾਨੂੰ ਮਿਲੇਗਾ ਸਿਰਫ 1650 ਰੁਪਏ ਦੇ ਵਿੱਚ 10 ਰੰਗ 10 ਡਿਜ਼ਾਈਨ ਮੌਜੂਦ 1650 ਰੁਪਏ ਦਾ 1650 ਰੁਪਏ ਦਾ ਥੋਕ ਦਾ ਰੇਟ ਹੈ ਪਰਚੂਨ ਦਾ ਨਹੀਂ ਕੀ ਬਾਤ ਹੈ ਤੁਸੀਂ 2000 ਤੋਂ ਗੱਲ ਸ਼ੁਰੂ ਕੀਤੀ ਮੈਂ ਤਾਂ ਆਖਿਆ 2500 ਰੁਪਏ ਦਾ ਵੇਚਣ ਨੇ ਦੁਕਾਨਾਂ 'ਚ ਮੇਰੇ ਕੋਲ ਲੈ ਕੇ ਜਾ ਰਹੇ ਨੇ ਮਾਲ ਮਾਸ਼ਾਅੱਲਾ ਇਹਦਾ ਮਤਲਬ ਅੱਛੀ ਅੱਛੀ ਇਨਕਮ ਹੋ ਸਕਦੀ ਏ ਇਹ ਸ਼ਾਜ਼ਰੀਨ ਆਪਣੇ ਪੈਨਾਂ ਨੂੰ ਕਹਾਂਗਾ ਕਿ ਥੋੜਾ ਮਾਰਜਨ ਥੋੜਾ ਜਿਹਾ ਅਸਲਮ ਭਾਈ ਨੇ ਕਿਹਾ ਨਾ ਕਿ ਥੋੜਾ ਮਾਰਜਨ ਰੱਖੋ ਤਾਂ ਕਿ ਜ਼ਿਆਦਾ ਸੇਲ ਹੋਵੇ ਤੁਹਾਡੀ ਔਰ ਉਹਨੂੰ ਵੇਚ ਕੇ ਦੁਬਾਰਾ ਫਿਰ ਲੈਂਦੇ ਰਹੋ ਔਰ ਇਹਦੇ ਵੀ ਰੰਗ ਮੈਂ ਤੁਹਾਨੂੰ ਕੈਮਰੇ ਦੇ ਵਿੱਚ ਵਾਵਾਂਗਾ ਇੱਕ ਰੰਗ ਤੁਹਾਨੂੰ ਵਾਇਆ ਦੂਸਰਾ ਹੈ ਇੱਕ ਦੋ ਇਹ ਤਿੰਨ ਇਹ ਚਾਰ ਇਹ ਪੰਜ ਇਹ ਛੇ ਇਹ ਸੱਤ ਇਹ ਅੱਠ ਇਹ ਨੌ ਇਹ ਦੱਸ ਤੇ ਮੇਰੀ ਹੋ ਗਈ ਹੁਣ ਫੇਰ ਬਸ ਫੇਰ ਬਸ ਇਹ ਨਹੀਂ ਅਗਲੀ ਵੈਰਾਈਟੀ ਵਾਸਤੇ ਫੇਰ ਤਿਆਰ ਰਹੋ ਵੈਸੇ ਕਦੀ ਹੱਸ ਵੀ ਲਿਆ ਕਰੋ ਉਹ ਮੇਰਾ ਖਿਆਲ ਉਹ ਦੇਖੋ ਨਾ ਜਰਾ ਵਿੱਚ ਆ ਆ ਨਹੀਂ ਹੱਸਦੀ ਬਾਜੀ ਸਾਡੀ ਹੈ ਨਹੀਂ ਨਹੀਂ ਇਨਸ਼ਾਅੱਲਾ ਮੇਰੀ ਭੈਣ ਮੇਰੇ ਭਰਾਵੋ ਨਮਾਜ਼ ਪੜ੍ਹ ਕੇ ਭਰਾ ਵਾਸਤੇ ਦੁਆ ਕਰਨਾ ਤੇ ਹੁਣ ਮੈਂ ਤੁਹਾਨੂੰ ਖਾਵਾਂਗਾ ਮਰੀਨਾ ਔਰ ਕਮਾਲ ਹੀ ਚੀਜ਼ ਹੋਏਗੀ ਅੱਲਾ ਦੇ ਹੁਕਮ ਦੇ ਨਾਲ ਇਹ ਦੇਖੋ ਜੀ ਇਹਦੇ ਉੱਤੇ ਰੇਟ ਲਿਖਿਆ ਹੋਇਆ ਮੇਰਾ ਕੈਮਰਾਮੈਨ ਭਾਈ ਦਿਖਾ ਸਕੇ ਤੇ ਦਿਖਾ ਦੇਵੇ 5900 ਤੇ 599 ਸਮਝ ਲਓ 5899 ਰੁਪਏ ਇਹ ਵੇਖੋ 100 ਘਟ 6000 ਹੋ ਗਿਆ ਹਾਂਜੀ 101 ਰੁਪਏ ਘਟ ਔਰ ਇਹ ਮਰੀਨੇ ਦਾ ਜੋੜਾ ਅੱਲਾ ਦੇ ਹੁਕਮ ਨਾਲ ਯਾਦ ਕਰੋ ਕਿ ਕੋਈ ਚੀਜ਼ ਕੋ ਲੈ ਕੇ ਜਾਓਗੇ ਇਹਦੇ ਵਿੱਚ 10 ਰੰਗ 10 ਡਿਜ਼ਾਈਨ ਮੌਜੂਦ ਨੇ ਇਹ ਜੇ ਸਰਦੀਆਂ ਦੇ ਜੋੜੇ ਅੱਲਾ ਦੇ ਹੁਕਮ ਦੇ ਨਾਲ ਅਸਲੀ ਜੋੜੇ ਜਿਹੜੇ ਹੁੰਦੇ ਨੇ ਸਰਦੀਆਂ ਦੇ ਹੈ ਲਓ ਜੀ ਐ ਇਹਦੀ ਫਰੰਟ ਸਾਈਡ ਡਿਜੀਟਲ ਪ੍ਰਿੰਟ ਸਾਈਡ ਤੇ ਬਾਰਡਰ ਬਹੁਤ ਹੀ ਪਿਆਰਾ ਬਹੁਤ ਹੀ ਆਲਾ ਰੰਗ ਦੀ ਲਾਈਫ ਟਾਈਮ ਗਾਰੰਟੀ ਅੱਲਾ ਦੇ ਹੁਕਮ ਦੇ ਨਾਲ ਐ ਇਹਦੀ ਬੈਕ ਸਾਈਡ ਔਰ ਇਹ ਹੈ ਇਸਕੇ ਸਲੀਪ ਸਲੀਪ ਵਾਲੀ ਤੁਸੀਂ ਇੰਗਲਿਸ਼ ਸਲੀਪ ਵੀ ਬਾਜੂ ਵੀ ਉਰਦੂ ਤੇ ਇੰਗਲਿਸ਼ ਇਕੱਠੀ ਕਰ ਦਿੰਦੇ ਹੋ ਖੈਰ ਨਹੀਂ ਮੈਂ ਭਾਈ ਜਾਨ ਪੜਿਆ ਨਹੀਂ ਹੋਇਆ ਤੇ ਇੰਗਲਿਸ਼ ਨਹੀਂ ਬੋਲਦੇ ਲੇਕਿਨ ਇੰਗਲਿਸ਼ ਸਿੱਖ ਲੈਣਾ ਛੋਟੇ ਛੋਟੇ ਬੱਚਿਆਂ ਕੋਲੋਂ ਉਰਦੂ ਸਿੱਖ ਲੈਣਾ ਤੁਹਾਡੇ ਭਾਈਆਂ ਕੋਲੋਂ ਮਾਸ਼ਾਅੱਲਾ ਤੇ ਪੰਜਾਬੀ ਸਿੱਖ ਲੈਣਾ ਕੋਈ ਪਿੰਡ ਦਾ ਮੇਰਾ ਕੋਈ ਭਰਾ ਆਂਦਾ ਪੰਜਾਬੀ ਬੋਲਦਾ ਹੁੰਦਾ ਕੋਈ ਸਿੱਖ ਲਈ ਦੀ ਕੀ ਬਾਤ ਹੈ ਕੀ ਬਾਤ ਹੈ ਲੇਕਿਨ ਇਹ ਸਿੱਖਾਂ ਨਾਲ ਹਰ ਚੀਜ਼ ਲੱਭ ਜਾਂਦੀ ਹੈ ਅੱਲਾ ਦੀ ਮਿਹਰਬਾਨੀ ਦੇ ਨਾਲ ਤੇ ਝੂਠ ਬੋਲ ਕੇ ਕੁਝ ਵੀ ਨਹੀਂ ਇਹ ਲੱਭਦਾ ਲਾਂ ਤਾਂ ਹੀ ਲੱਭਦੀਆਂ ਜੀ ਬਿਲਕੁਲ ਇੰਜੀ ਗੱਲ ਹੈ ਹਾਂਜੀ ਉਹ ਅੱਲਾ ਵੱਲੋਂ ਵੀ ਹੋ ਜਾਂਦਾ ਹੁੰਦਾ ਹਾਂਜੀ ਆ ਲੋ ਇਹ ਜੀ ਇਹਦਾ ਟਰੋਜ਼ਰ ਦਾ ਪੀਸ ਇਹ ਮਰੀਨੇ ਦਾ ਜੋੜਾ ਦੱਸੋ ਕਿਹਦਾ ਟਰੋਦਰ ਦਾ ਪੀਸ ਆਵਾਮ ਨੂੰ ਤੁਸੀਂ ਤੇ ਕੋਲ ਬੈਠੇ ਹੋ ਜ਼ਬਰਦਸਤ ਹੈਗਾ ਨਾਜ਼ਰੀਨ ਬੜਾ ਜਿਹੜਾ ਇਹ ਜੀ ਇਹਦਾ ਦੁਪੱਟਾ ਹੱਥ ਪਕੜੇ ਪਤਾ ਲੱਗ ਜਾਂਦਾ ਅੱਲਾ ਦੀ ਮਿਹਰਬਾਨੀ ਦੇ ਨਾਲ ਬਹੁਤ ਹੀ ਪਿਆਰਾ ਤੇ ਬਹੁਤ ਹੀ ਅੱਲਾ 2.5 ਮੀਟਰ ਪੌਣੇ ਤਿੰਨ ਗਾਜ਼ ਕਿਉਂਕਿ ਪੌਣੇ ਤਿੰਨ ਗਾਜ਼ ਨਹੀਂ ਹੁੰਦਾ ਇੱਕ ਗਿਰਾ ਘੱਟ ਹੁੰਦਾ 2.5 ਮੀਟਰ ਇਹ ਦੇਖੋ ਵਾਹ ਜੀ ਔਰ ਕੋਈ ਵੇਚਦਾ 2450 ਰੁਪਏ ਦਾ ਕੋਈ ਵੇਚਦਾ 2350 ਰੁਪਏ ਦਾ ਕੋਈ ਵੇਚਦਾ 2000 ਰੁਪਏ ਦਾ ਅਸਲਾਂ ਭਾਈ ਕੋਲ ਇਹ ਵੀ ਮਿਲੇਗਾ 1650 ਰੁਪਏ ਚ ਖੈਰ ਤੇ ਗਈ ਤੁਸੀਂ ਐਡੀ ਵੱਡੀ ਸੇਲ ਲਾਤੀ ਕੋਈ ਮਾਸ਼ਾਅੱਲਾ ਮੈਂ ਫੈਸਲਾਬਾਦ ਗਿਆ ਮੈਂ ਫੈਸਲਾਬਾਦ ਆ ਲੈਣਾ ਹੂੰ ਸਲਾਮ ਪੇਸ਼ ਕਰਨਾ ਉਹਨਾਂ ਦਾ ਮੈਂ ਸ਼ੁਕਰੀਆ ਦਾ ਕਰਨਾ ਇਹ ਵੇਖੋ ਇਹਦੇ ਵਿੱਚ ਵੀ ਆਰਟੀਕਲ ਇਹਦੇ ਕਿੰਨੇ ਰੰਗ ਹੈਗੇ ਨੇ 10 ਰੰਗ 10 ਡਿਜ਼ਾਈਨ ਮਿਲਣਗੇ ਇਨਸ਼ਾਅੱਲਾ ਤਾਲਾ ਔਰ ਬਹੁਤ ਹੀ ਪਿਆਰਾ ਬਹੁਤ ਹੀ ਆਲਾ ਔਰ ਇਹਨਾਂ ਦੇ ਵਿੱਚ ਬਰਕਤ ਦੇਖਣਾ ਇਨਸ਼ਾਅੱਲਾ ਕਿੰਨੀ ਹੁੰਦੀ ਤੁਸੀਂ ਇਹ ਮਾਲ ਲੈ ਕੇ ਜਾਓਗੇ ਜਿਹੜਾ ਤੁਹਾਡਾ ਨਹੀਂ ਵੇਖਦਾ ਹੋਏਗਾ ਉਹ ਮੇਰੇ ਕੋਲ ਲੈ ਕੇ ਆਓ ਜਿਹੜਾ ਤੁਹਾਡਾ ਵੇਖਦਾ ਤੁਸੀਂ ਉਹ ਲੈ ਜਾਓ ਕੀ ਬਾਤ ਹੈ ਇਹੋ ਇਨਸ਼ਾਅੱਲਾ ਤਾਲਾ ਇਹ ਸਾਰੀਆਂ ਸਹੂਲਤਾਂ ਤੁਸੀਂ ਦੇ ਦਿੰਦੀਆਂ ਅੱਜ ਮੈਂ ਗਰੀਬੀ ਵੀ ਤਨਹਾਈ ਵੇਖੀ ਏ ਬਹੁਤ ਗਰੀਬੀ ਦੇਖੀ ਏ ਅੱਲਾਹ ਤਾਲਾ ਨੇ ਥੱਲੋਂ ਉੱਤੇ ਆਇਆ ਵਾਂ ਐਸੇ ਪੈਰਾ ਭਰਾਵਾਂ ਦੀਆਂ ਦੁਆਵਾਂ ਦੇ ਨਾਲ ਤੇ ਅੱਲਾਹ ਤਾਲਾ ਨੇ ਮੈਨੂੰ ਮੀਰੀ ਵੀ ਬੜੀ ਵਹਾਇਤੀ ਏ ਲੇਕਿਨ ਮੈਂ ਆਪਣੀ ਵਕਾਤ ਨਹੀਂ ਭੁੱਲਿਆ ਅੱਲਾਹ ਦੇ ਕਰੋ ਫਖਰ ਨਾਲ ਦੱਸਣਾ ਮੈਂ ਫੱਟੇ ਦੇ ਉੱਤੇ ਖਲੋ ਕੇ ਮੈਂ ਦਿਹਾੜੀ ਲਾਉਂਦਾ ਰਿਹਾ ਮੈਂ ਕੰਮ ਕਰਦਾ ਰਿਹਾ ਮੈਂ ਮੋਢੇ ਦੇ ਉੱਤੇ 20000 ਰੁਪਏ ਦਾ ਸੌਦਾ ਰੱਖ ਕੇ ਗਲੀ ਗਲੀ ਦੇ ਵਿੱਚ ਫੇਰੀ ਵੀ ਲਾਉਂਦਾ ਰਿਹਾ ਲੋਕੀ ਏਸੀ ਲਾ ਕੇ ਸੁੱਤੇ ਹੁੰਦੇ ਸੀ ਮੇਰੇ ਪੈਰਾਂ ਦੇ ਵਿੱਚ ਲੈਲਨ ਦੀ ਜੁੱਤੀ ਹੁੰਦੀ ਸੀ ਲੇਕਿਨ ਮਿਹਨਤ ਕੀਤੀ ਹੈ ਸੱਚਾ ਦਿਲ ਹੈ ਅੱਜ ਮੈਨੂੰ ਅੱਲਾਹ ਤਾਲਾ ਨੇ ਕਾਮਯਾਬੀ ਦਿੱਤੀ ਹੈ ਲੇਕਿਨ ਮੈਂ ਆਪਣੇ ਪੈਰਾਂ ਭਰਾਵਾਂ ਦੇ ਨਾਲ ਧੋਖਾ ਨਹੀਂ ਕਰਾਂਗਾ ਇਨਸ਼ਾ ਅੱਲਾਹ ਇੱਕ ਦਿਨ ਤੁਹਾਨੂੰ ਭਾਈ 1650 ਲਈ ਇੱਕ ਤਾਂ ਨਾ ਕਹਿ ਵਾਲੀ ਜੇ ਇਹ 1550 ਰੁਪਏ ਦੀ ਜੇ ਇਹਦੇ ਵਿੱਚ ਵੀ 10 ਰੰਗ 10 ਡਿਜ਼ਾਈਨ ਮੌਜੂਦ ਰਹੀ ਹੈ ਮੇਰੇ ਕੋਲ ਇੱਕ ਇਹ ਦੋ ਇਹ ਤਿੰਨ ਇਹ ਚਾਰ ਇਹ ਪੰਜ ਇਹ ਛੇ ਇਹ ਸੱਤ ਇਹ ਅੱਠ ਇਹ ਨੌ ਇਹ 10 ਵਾਹ ਲੋ ਜੀ ਇਹ ਕਿਹ ਵੈਰਾਈਟੀ ਦੇਖੋ ਬਹੁਤ ਹੀ ਪਿਆਰੀ ਤੇ ਬਹੁਤ ਹੀ ਆਲਾ ਅਨਾਇਆ ਦਾ ਨਾਇਆ ਅੱਲਾ ਦੇ ਕਮਨਾਲ ਇਹ ਬੋਰਿੰਗ ਦਾਮਨ ਬਣਿਆ ਹੋਏਗਾ ਬਹੁਤ ਹੀ ਪਿਆਰਾ ਤੇ ਬਹੁਤ ਹੀ ਆਲਾ ਵਾਹ ਜੀ ਵਾਹ ਲਓ ਜੀ ਇਹਦੇ ਵਿੱਚ ਵੀ 10 ਰੰਗ 10 ਡਿਜ਼ਾਈਨ ਮੌਜੂਦ ਜੇ ਇਹ ਜੇ ਫਰੰਟ ਸਾਈਡ ਇਹ ਇਹ ਦੇਖੋ ਇਧਰੋਂ ਆਣੀ ਕਰੋ ਡਿਜੀਟਲ ਪ੍ਰਿੰਟ ਔਰ ਇਹ ਸਾਥ ਇਸਕੇ ਹੈ ਬਾਜ਼ੂ ਸਲੀਪ ਔਰ ਚਿਕਨਕਾਰੀ ਵਾਲੇ ਚਿਕਨਕਾਰੀ ਵਾਲਾ ਸੂਟ ਜੀ ਲੀਲਨ ਦੇ ਉੱਤੇ ਅੱਲਾ ਦੇ ਹੁਕਮ ਦੇ ਨਾਲ ਐਲੋ ਇਹ ਪਲੇਨ ਜੀ ਦਾ ਟਰੋਜ਼ਰ ਡਾਈ ਡਾਈ ਬਹੁਤ ਹੀ ਪਿਆਰਾ ਤੇ ਬਹੁਤ ਹੀ ਆਲਾ ਵਾਹ ਜੀ ਵਾਹ ਇਹ ਘੱਟ ਤਾਂ ਨਹੀਂ ਹੁੰਦਾ ਸ਼ਲਵਾਰ ਦਾ ਪੂਰਾ ਕੱਪੜਾ ਹੁੰਦਾ ਅੱਲਾ ਦੇ ਹੁਕਮ ਦੇ ਨਾਲ ਜਿਹੜੀ ਮੇਰੀ ਭੈਣ ਆਖੇ ਕਿ ਨਾ ਮੇਰਾ ਸੂਟ ਨਹੀਂ ਬੰਦਦਾ ਅਸਲ ਭਾਈ ਕੋ ਸੂਟ ਲੈ ਕੇ ਜਾਣ ਇਨਸ਼ਾਅੱਲਾ ਬਣੇਗਾ 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 ਇਨਸ਼ਾਅੱਲਾ ਕਿ ਕਿਹੜਾ ਕਿਹੜਾ ਸਾਈਜ਼ ਬਣ ਜਾਂਦਾ ਹੈ ਐਕਸਟਰਾ ਲਾਰਜ ਇਹਨਾਂ ਦੇ ਬਾਜੂ ਐਕਸਟਰਾ ਹੁੰਦੇ ਨੇ ਜਿਨ੍ਹਾਂ ਦੇ ਬਾਜੂ ਐਕਸਟਰਾ ਹੁੰਦੇ ਨੇ ਨਾ ਉਹ ਜਿਹੜੀ ਮਰਜ਼ੀ ਭਾਰੀ ਬਾਜੀ ਹੋਈ ਹੁੰਦਾ ਹੀ ਬਣੇਗਾ ਜਿੰਦੇ ਬਾਜੂ ਸਾਈਡ ਦੇ ਹੁੰਦੇ ਨੇ ਨਾ ਉਹ ਸਮਾਰਟ ਬਾਜੀ ਦਾ ਬੰਦਾ ਹੈ ਭਾਰੀ ਬਾਜੀ ਦਾ ਨਹੀਂ ਬੰਦਾ ਠੀਕ ਹੋ ਜਾਨੀ ਕਿ ਫੁੱਲ ਸਾਈਜ਼ ਬਣ ਸਕਦਾ ਜਿਹੜਾ ਮਰਜ਼ੀ ਹਾਂਜੀ ਇਨਸ਼ਾਅੱਲਾ ਕਿਉਂ ਨਹੀਂ ਇਹਦੀ ਬੈਕ ਸਾਈਡ ਲੱਦਾ ਇਹ ਵੇਖੋ ਇਹ ਤਾਂ ਜਮਾ ਵਾਹੀ ਨਹੀਂ ਤੁਹਾਨੂੰ ਕਿਆ ਬਾਤ ਹੈ ਐਂ ਦੀ ਬੈਕ ਸਾਈਡ ਹੈ ਸਾਈਡ ਦੇ ਬਾਰਡਰ ਹੈ ਬੈਕ ਸਾਈਡ ਤੇ ਲੱਗੇਗਾ ਡਿਜੀਟਲ ਪ੍ਰਿੰਟ ਔਰ ਇਹ ਹੈ ਇਸ ਦਾ ਦੁਪੱਟਾ ਔਰ ਬਹੁਤ ਹੀ ਪਿਆਰਾ ਬਹੁਤ ਹੀ ਆਲਾ ਇਹ 3500 ਵਾਲਾ ਸੂਟ ਜੇ ਪੂਰਾ 3500 ਵਾਲਾ ਲੇਕਿਨ ਅਸਲਮ ਭਾਈ ਨੇ ਧੋਖਾ ਨਹੀਂ ਕਰਨਾ ਅਸਲਮ ਭਾਈ ਦੇਗਾ ਸਿਰਫ 1950 ਰੁਪਏ ਚ 10 ਰੰਗ 10 ਡਿਜ਼ਾਈਨ ਮੌਜੂਦ ਹੈ ਲੋਕੀ ਫੋਨ ਕਰਦੇ ਨੇ ਕਹਿੰਦੇ ਨੇ ਇੱਥੇ ਮਾਲ ਪਿਆ ਜਦੋਂ ਲੈਣ ਜਾਂਦੇ ਨੇ ਨਹੀਂ ਮਿਲਦਾ ਮੈਂ ਤੁਹਾਨੂੰ ਹਾਣਾ ਵਾਂ ਇਧਰ ਵੇਖੋ ਇੱਕ ਡਿਜ਼ਾਈਨ ਵਹਾਇਆ ਦੂਸਰਾ ਵੇਖੋ ਦੋ ਤਿੰਨ ਇਹ ਚਾਰ ਇਹ ਪੰਜ ਇਹ ਛੇ ਇਹ ਸੱਤ ਇਹ ਅੱਠ ਇਹ ਨੌ ਤੇ ਇਹ 10 ਕੀ ਬਾਤ ਹੈ ਨਾਜ਼ਰੀਨ ਅੱਜ ਮੈਂ ਅਸਲਮ ਭਾਈ ਨੂੰ ਇਹ ਗੱਲ ਕੀਤੀ ਮੈਂ ਕਿਹਾ ਜਿਹੜਾ ਤੁਸੀਂ ਸੂਟ ਲੈ ਕੇ ਆਦੇ ਲੋਕ ਸਾਨੂੰ ਲਾਮਾ ਦਿੰਦੇ ਨੇ ਚੈਨਲ ਵਾਲਿਆਂ ਨੂੰ ਕਿਹੜੇ ਬੰਦੇ ਵੀਡੀਓ ਬਣਾਉਂਦੇ ਹੋ ਕਿ ਉਹ ਇੱਕ ਅੱਧਾ ਸੂਟ ਜਿਹੜਾ ਪਿਆ ਹੁੰਦਾ ਨਾ ਉਹਦਾ ਰੇਟ ਘੱਟ ਕਰਕੇ ਤੇ ਉਹਨੂੰ ਸ਼ੋਅ ਕਰ ਦੇਣਗੇ ਬਾਅਦ ਚ ਪਿੱਛੇ ਮਾਲ ਕੋਈ ਨਹੀਂ ਪਿਆ ਹੁੰਦਾ ਤੇ ਮੈਂ ਅਸਲਮ ਭਾਈ ਨੂੰ ਕਿਹਾ ਕਿ ਤੁਸੀਂ ਐਡਾ ਰੇਟ ਘੱਟ ਦੇ ਰਹੇ ਹੋ ਮੈਨੂੰ ਜ਼ਰਾ ਵਹਾਓ ਪਿੱਛੇ ਮਾਲ ਕਿਹੜਾ ਹੈਗਾ ਤੇ ਉਹਨਾਂ ਨੇ ਕਿਹਾ ਜੀ ਮੈਂ ਹਰ ਵਾਲੀਅਮ ਦੇ 10-10 20 ਜਿਹੜੇ ਜਿਹੜੇ ਹੈਗੇ ਨੇ ਮੈਂ ਸਾਰੇ ਰੱਖਾਂਗਾ ਉਹ ਤਾਂ ਕਰਕੇ ਅੱਜ ਬਹੁਤੀ ਗਿਣਤੀ ਗਿਣਨ ਡਿਆ ਹੋਏ ਨੇ ਤੇ ਇਹ ਸਾਬਤ ਕਰਦਾ ਜੀ ਤੁਸੀਂ ਵਾਕਈ ਭਾਈ ਨੇ ਅੱਲਾ ਦੇ ਹੁਕਮ ਦੇ ਨਾਲ ਜੋ ਇਹ ਮੇਰੇ ਕੋਲ ਮਾਲ ਮਾਸ਼ਾਅੱਲਾ ਵਾਧੂ ਹੈ ਲੋਕੀ ਭਲਾਈ ਕਰਦੇ ਨੇ ਦੀਵਾਰਾਂ ਨਾਲ ਇੰਜ ਇੰਨਾ ਇੰਨਾ ਮਾਲ ਲਾ ਕੇ ਰੱਖੀ ਰੱਖਦੇ ਨੇ ਮਹਿੰਗਾ ਵੇਚਦੇ ਨੇ ਲੇਕਿਨ ਮੈਂ ਕਹਿੰਦਾ ਇਹਨੂੰ ਵੇਚ ਕੇ ਇਹਨੂੰ ਵੇਚ ਕੇ ਪਿਸਤੌਲ ਰੱਖ ਕੇ ਨਾ ਪਿਸਤੌਲ ਬਿਲਕੁਲ ਇਸੇ ਤਰ੍ਹਾਂ ਇੰਜ ਮਾਲ ਆਵੇ ਇੰਜ ਵੇਚਦਾ ਚਲਦੀ ਗੱਡੀ ਨੂੰ ਹਰ ਬੰਦਾ ਹੀ ਹੱਥ ਦੇ ਦਿੰਦਾ ਖਲੋਤੀ ਗੱਡੀ ਨੂੰ ਕੋਈ ਨਹੀਂ ਜੀ ਹੱਥ ਦਿੰਦਾ ਮੈਂ ਤੁਹਾਨੂੰ ਦੱਸ ਦਿਆਂ ਤੇ ਕੋਈ ਨਹੀਂ ਕਿਸੇ ਦਾ ਕਿਸੇ ਦਾ ਕੰਮ ਕੋ ਰੁਕਿਆ ਹੋਇਆ ਨਾ ਕੋਈ ਮੇਰਾ ਭੈਣ ਭਰਾ ਬੇਰੋਜ਼ਗਾਰ ਹੈ ਨਾ ਪਰੇਸ਼ਾਨ ਹੈ ਲੋਕੀ ਹੁੰਦਾ ਮਜ਼ਾਕ ਉਡਾਉਂਦੇ ਜੇ ਤੇ ਮੈਂ ਤੁਹਾਨੂੰ ਇਸ ਵੀਡੀਓ ਚ ਕਹਾਂਗਾ ਕਿਸੇ ਨੂੰ ਆਪਣਾ ਦਿਲ ਵਾਲਾ ਭੇਤ ਨਾ ਦੱਸੋ ਕਿਉਂਕਿ ਉਹਨਾਂ ਨੇ ਤੁਹਾਡਾ ਮਜ਼ਾਕ ਹੀ ਵਡਾਣਾ ਜੇ ਕਰਨਾ ਕੁਛ ਨਹੀਂ ਜੇ ਅੱਲਾ ਦੇ ਕਰਮ ਮੈਂ ਤੁਹਾਨੂੰ ਸੱਚਾ ਗੱਲਾਂ ਸੱਚੀਆਂ ਗੱਲਾਂ ਦੱਸਣ ਦੇ ਆ ਜੇ ਬਣ ਥਾਣ ਕੇ ਆਪੋ ਚ ਹਿੰਮਤ ਪੈਦਾ ਕਰੋ ਇਨਸ਼ਾਅੱਲਾ ਕਾਮਯਾਬ ਜ਼ਰੂਰ ਹੋਵੋਗੇ ਤੁਹਾਡੀ ਨੀਅਤ ਸਾਫ਼ ਹੈ ਨਾ ਹਿੰਮਤ ਰੱਖਣੀ ਬਸ ਬੜੀਆਂ ਠੋਕਰਾਂ ਰਸਤੇ ਦੇ ਵਿੱਚ ਆਣਗੀਆਂ ਲੇਕਿਨ ਕਰਾਸ਼ ਕਰਨੀਆਂ ਨੇ ਤੁਸੀਂ ਇਹ ਨਹੀਂ ਕਰਨਾ ਯਾਰ ਮੈਂ ਤਾਂ ਹੁਣ ਹਿੰਮਤ ਹਾਰ ਗਿਆ ਨਹੀਂ 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 ਦੇਖੋ ਮੈਂ ਤੁਹਾਨੂੰ ਆਪਣੀ ਸਾਰੀ ਦਿਲੋਂ ਕਹਾਣੀ ਦੱਸੀ ਜੇ ਮੈਂ ਕਿੱਥੋਂ ਸਾਂ ਕੀ ਸਾਂ ਫਟੇ ਦੇ ਉੱਤੇ ਕੰਮ ਕੀਤਾ ਮੈਂ ਫੇਰ ਹੀ ਕੀਤੀ ਲੇਕਿਨ ਹਿੰਮਤ ਨਹੀਂ ਹਾਰੀ ਲੇਕਿਨ ਜਿਹੜਾ ਇੱਕ ਜੀਵਨ ਸਾਥੀ ਹੁੰਦਾ ਨਾ ਜਦੋਂ ਬੰਦਾ ਹਿੰਮਤ ਹਾਰ ਜਾਂਦਾ ਲੇਕਿਨ ਬੇਗਮ ਕਹਿ ਦਿੰਦੀ ਹੈ ਨਹੀਂ ਅੱਲਾ ਦੇ ਬੰਦਿਆ ਹੌਸਲਾ ਕਰ ਤੇ ਮਾਵਾ ਕਹਿ ਦਿੰਦੀਆਂ ਕੋਈ ਬਾਪ ਕਹਿ ਦਿੰਦਾ ਕੋਈ ਭਰਾ ਕਹਿ ਦਿੰਦਾ ਕੋਈ ਭੈਣ ਕਹਿ ਦਿੰਦੀ ਏ ਯਕੀਨ ਕਰੋ ਬੰਦੇ ਦਾ ਦਿਲ ਐਡਾ ਹੋ ਜਾਂਦਾ ਹਿੰਮਤ ਕਰ ਕੋਈ ਕੋਲ ਕੋਲ ਕੁਛ ਨਹੀਂ ਹੈਗਾ ਪੈਸੇ ਨਹੀਂ ਹੈਗੇ ਕੁਛ ਨਹੀਂ ਹੈਗਾ ਹਿੰਮਤ ਕਰ ਅੱਲਾ ਤਾਲਾ ਉਹਦਾ ਵਸੀਲਾ ਤੁਹਾਨੂੰ ਬਣਾ ਦੇਗਾ ਇਨਸ਼ਾਅੱਲਾ ਯਕੀਨਨ ਯਕੀਨਨ ਐਵੇਂ ਹੀ ਗੱਲ ਹੈ ਇਨਸ਼ਾਅੱਲਾ ਮੈਂ ਤੁਹਾਨੂੰ ਆਪਣਾ ਸਾਥੀ ਲੰਬਰ ਦੱਸਾਂਗਾ ਪੰਜਾਬੀ ਚ ਵੀ ਇੰਗਲਿਸ਼ ਚ ਵੀ ਉਰਦੂ ਚ ਵੀ ਅੱਛਾ ਜੀ ਮਾਸ਼ਾਅੱਲਾ ਪਹਿਲੇ ਕਿ ਇੰਗਲਿਸ਼ ਚ ਦੱਸਣਾ ਹੈ ਕਿ ਪੰਜਾਬੀ ਚ ਦੱਸਣਾ ਹੈ ਜਿਸ ਤਰ੍ਹਾਂ ਮੇਰੇ ਭੈਣ ਭਰਾ ਪਹਿਲੇ ਮੈਂ ਕਹਾਂਗਾ ਮੇਰੇ ਵਾਸਤੇ ਨਮਾਜ਼ ਪੜ੍ਹ ਕੇ ਭਰਾ ਵਾਸਤੇ ਦੁਆ ਕਰੋਗੇ ਨਾ ਵਾਦਾ ਓਕੇ ਇਹ ਹੁਣ ਮੈਂ ਤੁਹਾਨੂੰ ਲੰਬਰ ਦੱਸਾਂਗਾ 0300 ਪੂਰਾ ਪੂਰਾ ਹੀ ਪੂਰਾ ਕੋਈ ਘਟਵਾਦ ਨਹੀਂ 43 ਡਬਲ 8

ਮੇਰੀਓ ਭੈਣੋ ਮੇਰੇ ਭਰਾਵੋ ਮੈਂ ਪੜਿਆ ਨਹੀਂ ਹੋਇਆ ਮੁਝੇ ਵਾਈਜ਼ ਮੈਸੇਜ ਕਰਨਾ ਜਾਂ ਮੁਝੇ ਕਾਲ ਕਰਨਾ ਮੈਂ ਸੁਣ ਕੇ ਜ਼ਰੂਰ ਜਵਾਬ ਦੇਵਾਂਗਾ ਔਰ ਪਹਿਲੀ ਵੀਡੀਓ ਦੇ ਵਿੱਚ ਮੇਰੇ ਕੋਲ ਇੰਨੇ ਕੋ ਵਾਈਜ਼ ਮੈਸੇਜ ਹੋ ਗਏ ਸੀ ਮੈਂ ਸੁਣਦਾ ਰਿਹਾ ਸੁਣਦਾ ਰਿਹਾ ਲੇਕਿਨ ਮੈਂ 5 6 ਦਿਨ ਨਹੀਂ ਜਸੁੱਤਾ ਮੇਰਾ ਦਿਮਾਗ ਇੰਜ ਹੋ ਗਿਆ ਜਿਵੇਂ ਜੰਮੂ ਪਾ ਗਿਆ ਡੱਬੇ 'ਚ ਇੰਜ ਹਲਾਈਦੇ ਨੇ ਯਕੀਨ ਕਰੋ ਮੈਂ ਆਪਣੀਆਂ ਭੈਣਾਂ ਦਾ ਆਪਣੇ ਭਰਾਵਾਂ ਦਾ ਮੈਂ ਸ਼ੁਕਰੀਆ ਅਦਾ ਕਰਨਾ ਮੈਨੂੰ ਇਹਨਾਂ ਨੇ ਬਹੁਤ ਇੱਜ਼ਤ ਦਿੱਤੀ ਹੈ ਇਨਸ਼ਾਅੱਲਾ ਔਰ ਮੈਂ ਹੁਣ ਆਪਣਾ ਡਰੈਸ ਦੱਸਣਾ ਵਾ ਮੇਰਾ ਡਰੈਸ ਹੈਗਾ ਲਾਹੌਰ ਲਾਹੌਰ ਚੁੰਗੀ ਅਮਰ ਸੁੱਧੂ ਫਰੋਲਪੁਰ ਰੋਡ 21 ਨੰਬਰ ਸਟਾਪ ਮੈਟਰੋ ਬੱਸ ਦਾ ਉੱਥੇ ਆ ਕੇ ਮੇਰਾ ਨੰਬਰ ਥੱਲੇ ਸਕਰੀਨ ਤੇ ਚੱਲਦੇ ਹੋਣਗੇ ਤੁਸੀਂ ਮੈਨੂੰ ਫੋਨ ਕਰੋਗੇ ਇਨਸ਼ਾਅੱਲਾ ਮੈਂ ਆਪਣੇ ਭਰਾ ਦੀ ਖਿਦਮਤ ਦੇ ਵਿੱਚ ਉਸੇ ਟਾਈਮ ਹਾਜ਼ਰ ਹੋ ਜਾਵਾਂਗਾ ਤੇ ਸਾਡੀ ਛੁੱਟੀ ਕੋਈ ਨਹੀਂ ਹੈਗੀ ਨਾ ਜੁਮੇ ਦੀ ਨਾ ਹਫਤੇ ਦੀ ਨਾ ਇਤਵਾਰ ਦੀ ਕੋਈ ਲੋਕਡਾਊਨ ਵੀ ਹੋਈ ਹੈ ਕੋਈ ਛੁੱਟੀ ਨਹੀਂ ਸਵੇਰ 10 ਵਜੇ ਗਦਾਮ ਖੁੱਲਦਾ ਰਾਤ ਨੂੰ 10 ਵਜੇ ਬੰਦ ਹੁੰਦਾ ਜੇ ਸਿਰਫ ਜੁਮੇ ਦੇ ਟਾਈਮ ਤੇ 2 ਘੰਟੇ ਜਾਂ 2.5 ਘੰਟੇ ਸਿਰਫ ਮੰਗੇ ਨੇ ਆਪਣੇ ਭੈਰਾ ਭਰਾਵਾਂ ਕੋਲੋਂ ਜੁਮਾ ਪੜਨਾ ਹੁੰਦਾ ਹੈ ਅੱਲਾਹ ਅੱਗੇ ਵੀ ਦੁਆ ਕਰਨੀ ਹੁੰਦੀ ਹੈ ਆਪਣੇ ਭੈਰਾ ਵਾਸਤੇ ਵੀ ਭਰਾਵਾਂ ਵਾਸਤੇ ਵੀ ਕੁਝ ਆਪਣੇ ਬੱਚਿਆਂ ਵਾਸਤੇ ਵੀ ਤੇ ਬਹੁਤ ਮਿਹਰਬਾਨੀ ਮੈਂ ਤੁਹਾਡੇ ਕੋਲੋਂ ਮੈਂ ਦੁਆ ਹੀ ਜੀ ਅਸਲਮ ਭਾਈ ਮੈਂ ਕਹਿਣਾ ਵਾਂ ਕਿ ਸਾਡੇ ਜਿਹੜੇ ਦੇਖਣ ਵਾਲੇ ਨੇ ਉਹ ਕਹਿੰਦੇ ਨੇ ਕਿ ਅਸਲਮ ਭਾਈ ਦਾ ਨੰਬਰ ਮਿਲਦਾ ਨਹੀਂ ਕਈ ਦਫਾ ਹੁੰਦਾ ਹੈ ਕਿ ਤੁਸੀਂ ਬਹੁਤ ਸਾਰਾ ਤੁਸੀਂ ਵੀ ਇੱਕ ਮਸਲਾ ਬਿਆਨ ਕੀਤਾ ਸੀ ਕਿ ਵੀ ਸਾਰੇ ਨੰਬਰ ਇਸ ਕੋਲ ਨਹੀਂ ਮਿਲਦਾ ਇੱਕ ਸੈਕਟਰ ਦੇ ਵਿੱਚ 12-12 ਕਾਲਾਂ ਆ ਰਹੀਆਂ ਹੁੰਦੀਆਂ ਨੇ ਯਕੀਨ ਕਰੋ ਉਸੇ ਟਾਈਮ ਵੀ ਇਹਦਾ ਹੱਲ ਕੀ ਕੱਢਿਆ ਜੀ ਤੁਸੀਂ ਇਹਦਾ ਹੱਲ ਮੈਂ ਕੱਢਿਆ ਪਾਇ ਨੇ ਹੁਣ ਮੈਂ ਆਪਰੇਟਰ ਬਿਠਾਣ ਲੱਗਾ ਇਹ ਜਿਹੜੇ ਬੈਠੇ ਹੋਏ ਨੇ ਇਹ ਬੈਠ ਕੇ ਇਹਨਾਂ ਦੇ ਹੁਣ ਓਕੇ ਨਾ ਹਾਂਜੀ ਆ ਸਾਰੇ ਆਪਰੇਟਰ ਬਿਠਾਏ ਨੇ ਮੈਂ ਔਰ ਇਹਨਾਂ ਦੇ ਉੱਤੇ ਮੈਂ ਨੰਬਰ ਨਾਲ ਆਪਣੇ ਨੰਬਰ ਦੇ ਨਾਲ ਮੈਂ ਦਿਆਂਗਾ ਉਹ ਵੀ ਤੁਸੀਂ ਉਹਨਾਂ ਨਾਲ ਵੀ ਰਾਬਤਾ ਕਰਨਾ ਇਨਸ਼ਾਅੱਲਾ ਸਮਝ ਲੈਣਾ ਉਹ ਵੀ ਅਸਲਮ ਭਾਈ ਹੈ ਅਲਹਮਦੁਲਿਲਾ ਅਸਲਮ ਭਾਈ ਦੇ ਹੁਣੇ ਜਾਂ ਮੈਂ ਕਿਸੇ ਨੂੰ ਇੱਥੇ ਮਲਾਜ਼ਮ ਨਹੀਂ ਸਮਝਦਾ ਮੈਂ ਕਿਸੇ ਨੂੰ ਨੌਕਰ ਨਹੀਂ ਇਹ ਸਮਝਦਾ ਹਰ ਬੰਦਾ ਜਿਹੜਾ ਇੱਥੇ ਆਂਦਾ ਉਹਨੂੰ ਮੈਂ ਕਹਿੰਦਾ ਮੈਂ ਤੇਰਾ ਇਹ ਅੱਲਾ ਦਾ ਮਾਲ ਇੱਥੇ ਹੀ ਰਹਿ ਜਾਣਾ ਵੇ ਨਾਲ ਕੁਛ ਨਹੀਂ ਲੈ ਕੇ ਜਾਣਾ ਸਿਰਫ ਭੈਣਾ ਭਰਾਵਾਂ ਦੀਆਂ ਦੋਸਤਾਂ ਦੀਆਂ ਮਾਂ ਦੀਆਂ ਪੀਰਾਂ ਦੀਆਂ ਬੱਚਿਆਂ ਦੀਆਂ ਦੁਆਵਾਂ ਬਸ ਨਹੀਂ ਮਾਸ਼ਾਅੱਲਾ ਜੀ ਮੈਂ ਇਹਨਾਂ ਦੇ ਕੁਝ ਜਿਹੜੇ ਨਾ ਗੱਲਬਾਤ ਕੀਤੀ ਜਿਹੜੇ ਨਾ ਕੋਲ ਨਾਲ ਜਿਹੜੇ ਨਾਲ ਟੀਮ ਇਹਨਾਂ ਦੇ ਕੰਮ ਕਰਦੀ ਏ ਉਹ ਕਹਿੰਦੇ ਨੇ ਅਸੀਂ ਕੋਈ ਮੁਲਾਜ਼ਮਤ ਨਹੀਂ ਕਰਦੇ ਫਿਰ ਕਹਿੰਦੇ ਕੀ ਕਰਦੇ ਹੋ ਤੁਸੀਂ ਪੈਸੇ ਕਿਵੇਂ ਆਉਂਦੇ ਨੇ ਤੁਹਾਨੂੰ ਉਹ ਕਹਿੰਦੇ ਨੇ ਸੁਭਾਈ ਦਾ ਸੁਭਾਈ ਦਾ ਤੇ ਸ਼ਾਮ ਨੂੰ ਮਾਸ਼ਾਅੱਲਾ ਜੇਬਾਂ ਭਰ ਕੇ ਜਾਈਦਾ ਇੱਥੋਂ ਕੰਮ ਕਰੀਦਾ ਇਹ ਸਾਡਾ ਹੀ ਮਾਲ ਹੈ ਅਸੀਂ ਜਿਵੇਂ ਆਪਣੀ ਦੁਕਾਨ ਤੇ ਬਹਿ ਕੇ ਵੇਚਨੇ ਐਵੇਂ ਹੀ ਸੜਾ ਨਾਲ ਸਾਡਾ ਕਿਸੇ ਦਾ ਹੱਕ ਨਾ ਖਾਓ ਕਿਸੇ ਨੂੰ ਇਹ ਨਾ ਕਹੋ ਇਹ 500 ਰੁਪਏ ਦਿਹਾੜੀ 1000 ਰੁਪਏ ਦਿਹਾੜੀ ਗਲਤ ਗੱਲ ਜੇ ਅੱਲਾ ਦੀ ਲਾਠੀ ਬੇਵਾਜ ਜੇ ਮੈਂ ਕਹਿੰਦਾ ਮੁਰਜੋ यह काम तो मुर्जो मैं तो फिर कह रहा जे अल्लाह तला लाठी बेवाज़ बेबाजे मैं तुम्हें तो यही कहना किसी का हक ना खाओ किसा हक खाओगे ना अच्छा अल्लाह तला वालों उत्ते आए हैं ना ते जो तो जो गरीब बंदा रब अगर रोएगा ना जाला पागे इस बंद ने मेरे ना ये वे तो लेकिन वो फिर रब न फैसला है फिर अल्लाह जाने तो बंदा जाने फिर अल्लाह नहीं करना जो भी करना तु उस बंद ने अला दोलियां सुट दी ने तो नाजरीन इजाजत चाहवाँगा माशाला बड़ी अच्छा अच्छी गल्हत नसलम भाई ने ਔਰ ਵਾਕਈ ਇਹ ਦਿਲੋਂ ਵੀ ਇਸੇ ਤਰ੍ਹਾਂ ਹੀ ਨੇ ਔਰ ਅਸੀਂ ਕਸਟਮਰ ਦੇ ਨਾਲ ਵੀ ਇਹਨਾਂ ਦੇ ਜਿਹੜਾ ਨਾ ਗੱਲਬਾਤ ਇਹਨਾਂ ਨੇ ਕਰਕੇ ਦੇਖੀ ਤੇ ਮਾਸ਼ਾਅੱਲਾ ਉਹ ਉਹਨਾਂ ਨੇ ਵੀ ਇਹੋ ਹੀ ਫੀਡਬੈਕ ਦਿੱਤਾ ਅਕਸਰ ਵੇਖਿਆ ਕਿ ਉਹ ਕਹਿੰਦੇ ਨੇ ਅਸਲਮ ਭਾਈ ਨਾਲ ਗੱਲ ਕਰਨੀ ਅਸੀਂ ਤੇ ਇਹਨਾਂ ਦੀ ਟੀਮ ਹੈ ਪੂਰੀ ਅਗਰ ਇਕੱਲੇ ਕੰਮ ਜਿਹੜਾ ਨਾ ਕਹਿ ਰਹੇ ਨੇ ਕਿ ਉਹ ਕਾਲ ਨਹੀਂ ਸੁਣ ਸਕਦੇ ਤੇ ਅਗਰ ਦੂਸਰਾ ਇਹਨਾਂ ਨੰਬਰ ਜਿਹੜਾ ਇਹਨਾਂ ਨੇ ਦਿੱਤਾ ਹੁੰਦਾ ਉਸ ਨੰਬਰ ਇਹਨਾਂ ਨੇ ਦਿੱਤਾ ਹੁੰਦਾ ਹੋਰ ਕਿਸੇ ਦਾ ਇਲਾਵਾ ਨੰਬਰ ਨਹੀਂ ਦਿੰਦੇ ਜਿੰਦਾ ਨੰਬਰ ਦਿੰਦੇ ਨੇ ਉਹਨਾਂ ਤੁਸੀਂ ਰਾਬਤਾ ਕਰਕੇ ਉਹਨਾਂ ਨਾਲ ਵੀ ਡੀਲ ਕਰ ਸਕਦੇ ਹੋ ਵਿੱਚ ਤੁਸੀਂ ਅਸਲਮ ਭਾਈ ਨਾਲ ਗੱਲ ਕਰਨਾ ਚਾਹੁੰਦੇ ਹੋ ਤਾਂ ਵੀ ਕਰ ਸਕਦੇ ਹੋ ਨਾਜ਼ਰੀਨ ਅਮ ਇਨਸ਼ਾਅੱਲਾ ਅਗਲੀ ਵੀਡੀਓ ਜੋ ਇਹਨਾਂ ਵੀਮੈਕਸ ਟੀਵੀ ਤੇ ਜੋ ਇਹਨਾਂ ਮਹੀਨੇ ਕੇ ਅੰਦਰ ਇਹ